ਇਹ ਸਾਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਜੋ ਸਿੱਖਿਆ ਹੈ ਉਹਦਾ ਮੂਲ ਮੁੱਢ ਇੱਕ ਓਅੰਕਾਰ ਹੈ ਅਤੇ ਉਹਦਾ ਵਿਸਤਾਰ ਮੂਲ ਮੰਤਰ ਹੈ ਅਤੇ ਮੂਲ ਮੰਤਰ ਦਾ ਵਿਸਤਾਰ ਜਪਜੀ ਸਾਹਿਬ ਅਤੇ ਜਪਜੀ ਸਾਹਿਬ ਦਾ ਵਿਸਤਾਰ ਗੁਰੂ ਗ੍ਰੰਥ ਸਾਹਿਬ ਹੁਣ ਦੇਖ ਲਓ ਕਿਤਨਾ ਜ਼ਰੂਰੀ ਹੈ ਇੱਕ ਓਅੰਕਾਰ ਬਾਰੇ ਜਾਣਨਾ ਮੂਲ ਮੰਤਰ ਬਾਰੇ ਜਾਣਨਾ ਤੋ ਆਓ ਮੈਂ ਸਿਰਫ ਉਹਨਾਂ ਦੀ ਉਡੀਕ ਕਰ ਰਿਹਾ ਜੋ ਲੇਟ ਹੋ ਰਹੇ ਜਿਹੜੇ ਆ ਗਏ ਨੇ ਕੀ ਆਇਆ ਹੁਣ ਅਸੀਂ ਪੰਜ ਵਾਰੀ ਮੂਲ ਮੰਤਰ ਦਾ ਪਾਠ ਕਰਾਂਗੇ ਪੰਜ ਵਾਰੀ ਗੁਰਮੰਤਰ ਦਾ ਪਾਠ ਕਰਾਂਗੇ ਫਿਰ ਇਹ ਕਾਰਜ ਆਰੰਭ ਹੋ ਜਾਏਗਾ ਤੋ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਉਚਾਰਨ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਹੁਣ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਇਹ ਪਵਿੱਤਰ ਬਾਣੀ ਜਿਸ ਦਾ ਨਾਮ ਜਪ ਹੈ ਜੀ ਅਤੇ ਸਾਹਿਬ ਇਹ ਅਸੀਂ ਆਦਰ ਵਜੋਂ ਲਾਉਂਦੇ ਹਾਂ ਜਿਵੇਂ ਗੁਰੂ ਮਹਾਰਾਜ ਨਾਲ ਸੰਬੰਧਿਤ ਜੋ ਵੀ ਚੀਜ਼ ਹੋਵੇ ਅਸੀਂ ਉਹਨੂੰ ਸਾਹਿਬ ਦੇ ਨਾਮ ਨਾਲ ਬੁਲਾਉਂਦੇ ਜਿਵੇਂ ਗੁਰੂ ਪਾਤਸ਼ਾਹ ਜੀ ਦੇ ਰੁਮਾਲੇ ਹਨ ਸਾਨੂੰ ਪਤਾ ਕੱਪੜੇ ਦੀ ਦੁਕਾਨ ਤੋਂ ਆਏ ਜਦੋਂ ਕੀ ਕਰੋ ਕੱਪੜੇ ਦੀ ਦੁਕਾਨ 'ਤੇ ਸਨ ਉਹ ਕੱਪੜਾ ਸੀ ਪਰ ਜਦੋਂ ਉਹ ਸਾਹਿਬਾਂ ਦੀ ਛੋਹ ਪ੍ਰਾਪਤ ਕਰ ਲਈ ਅਤੇ ਹੁਣ ਉਹ ਰੁਮਾਲਾ ਸਾਹਿਬ ਇਸੇ ਤਰ੍ਹਾਂ ਚਵਰ ਸਾਹਿਬ ਹੈ ਪੀੜਾ ਸਾਹਿਬ ਹੈ ਗੱਲ ਕੀ ਜਿਹੜੀ ਵੀ ਵਸਤੂ ਸਾਹਿਬਾਂ ਨਾਲ ਸੰਬੰਧਿਤ ਹੋ ਜਾਏ ਉਹਨੂੰ ਅਸੀਂ ਸਾਹਿਬ ਕਹਿ ਕੇ ਬੁਲਾਉਂਦੇ ਤੋ ਬਾਣੀ ਦਾ ਨਾਮ ਜਪ ਹੈ ਜੀ ਅਤੇ ਸਾਹਿਬ ਆਦਰ ਵਜੋਂ ਇਸ ਲਈ ਇਸਦਾ ਉਚਾਰਨ ਜਪ ਜੀ ਸਾਹਿਬ ਇਸ ਤੋਂ ਅੱਗੇ ਹੈ ਮੂਲ ਮੰਤਰ
ਸਭ ਤੋਂ ਪਹਿਲਾਂ ਇੱਕ ਓਅੰਕਾਰ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਇੱਥੇ 33 ਕਰੋੜ ਦੇਵਤਿਆਂ ਦੀ ਪੂਜਾ ਹੁੰਦੀ ਸੀ। ਮਾਂ ਕਿਸੇ ਹੋਰ ਦੇਵਤੇ ਨੂੰ ਮੰਨਦੀ ਸੀ, ਧੀ ਕਿਸੇ ਹੋਰ ਦੇਵੀ ਨੂੰ ਮੰਨਦੀ ਸੀ, ਪਿਓ ਕਿਸੇ ਹੋਰ ਨੂੰ, ਪੁੱਤਰ ਕਿਸੇ। ਇਹ ਸਾਡੀ ਧਾਰਮਿਕ ਦਸ਼ਾ ਸੀ ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਉਲਝਣ ਨੂੰ ਦੂਰ ਕਰਨ ਵਾਸਤੇ ਇਹ ਆਵਾਜ਼ ਬੁਲੰਦ ਕੀਤੀ, ਏਕੋ ਹੈ ਭਾਈ ਏਕੋ, ਸਾਹਿਬ ਮੇਰਾ ਏਕੋ। ਇਸ ਲਈ ਸਭ ਤੋਂ ਪਹਿਲੇ ਇੱਕ ਲਾਗ, ਇਹ ਵਾਹਿਗੁਰੂ ਸ਼ਰੀਕ ਹੈ, ਭਾਵ ਇਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ, ਉਹ ਇੱਕ ਹੈ। ਕਿਉਂਕਿ ਸਾਡੇ ਇਰਦ ਗਿਰਦ 3 ਦੇਵਤਿਆਂ ਦੀ ਗੱਲ ਵੀ ਚੱਲਦੀ ਹੈ, ਬ੍ਰਹਮਾ ਵਿਸ਼ਨੂੰ ਮਹੇਸ਼। ਬ੍ਰਹਮਾ ਬਾਰੇ ਕਿਹਾ ਜਾਂਦਾ ਕਿ ਪੈਦਾ ਕਰਨ ਵਾਲਾ ਹੈ, ਅਤੇ ਵਿਸ਼ਨੂੰ ਬਾਰੇ ਪ੍ਰਚਲਿਤ ਹੈ ਕਿ ਉਹ ਸਭ ਦੀ ਪਾਲਣਾ ਕਰਦਾ, ਅਤੇ ਸ਼ਿਵਜੀ ਬਾਰੇ ਪ੍ਰਚਲਿਤ ਹੈ ਕਿ ਉਹ ਸਭ ਨੂੰ ਲੈ ਕਰਦਾ। ਪਰ ਗੁਰੂ ਨਾਨਕ ਪਾਤਸ਼ਾਹ ਇਸ ਉਲਝਣ ਵਿੱਚੋਂ ਸਾਨੂੰ ਬਚਾਉਂਦੇ। ਕਹਿੰਦੇ ਜੇ ਪੈਦਾ ਕਰਨ ਵਾਲੇ ਦੀ ਪੂਜਾ ਕਰੋਗੇ ਤਾਂ ਪਾਲਣ ਵਾਲਾ ਗੁੱਸੇ, ਜੇ ਪਾਲਣ ਵਾਲੇ ਦੀ ਪੂਜਾ ਕਰੋਗੇ ਤਾਂ ਮਰਨ ਵਾਲਾ ਗੁੱਸੇ। ਇਸ ਲਈ ਇਸ ਚੱਕਰ ਤੋਂ ਬਚੋ ਅਤੇ ਇਹ ਗੱਲ ਦ੍ਰਿੜ ਕਰ ਲਓ ਕਿ ਏਕੋ ਹੈ ਭਾਈ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਾਹਿਬ ਮੇਰਾ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਉਹ ਇੱਕ ਹੀ ਪੈਦਾ ਕਰਦਾ ਹੈ, ਉਹ ਇੱਕ ਹੀ ਪਾਲਦਾ ਹੈ ਅਤੇ ਇੱਕ ਹੀ ਪਾਲਦਾ। ਇਸ ਲਈ ਇੱਕ ਦੇ ਨਾਲ ਅੱਗੇ ਓਮ ਹੈ। ਜੇ ਅਸੀਂ ਉਹਨੂੰ ਅੱਖਰਾਂ ਵਿੱਚ ਲਿਖੀਏ ਤਾਂ ਉਸੇ 3 ਅੱਖਰ ਲੱਗਣਗੇ, ਊੜਾ ਐੜਾ ਮਾਮਾ। ਉਸੇ ਉਤਪਤੀ ਕਰਨੇ ਵਾਲਾ, ਆਸੇ ਰਕਸ਼ਾ ਤਥਾ ਪਾਲਣ ਕਰਨੇ ਵਾਲਾ, ਮਾਂ ਸੇ ਮਾਰ ਦੇਣਾ। ਪਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਉਹੀ ਪੈਦਾ ਕਰਨ ਵਾਲਾ, ਉਹੀ ਪਾਲਣ ਵਾਲਾ ਅਤੇ ਉਹੀ ਮਾਂ। ਇਹ ਜਿਹੜੀ ਉੱਪਰਲੀ ਕਾਰ, ਕਿਉਂਕਿ ਮੈਂ ਰੋਜ਼ ਸੁਣਦਾ ਹਾਂ, ਕੋਈ ਪੜ੍ਹਦਾ ਇੱਕ ਮਕਾਲ, ਕੋਈ ਪੜ੍ਹਦਾ ਏਕ ਮਕਾਲ, ਇਹਦਾ ਉਚਾਰਨ ਇੱਕ ਓਅੰਕਾਰ ਕਰਨਾ। ਕੀ ਕਰਨਾ? ਇੱਕ ਓਅੰਕਾਰ, ਇਹ ਯਾਦ ਕਰ ਲਓ, ਇਹਦੇ ਅਰਥ ਵੀ ਤੁਹਾਨੂੰ ਪਤਾ ਲੱਗੇ। ਇਹ ਜਿਹੜੀ ਉੱਪਰਲੀ ਕਾਰ ਹੈ, ਇਹਦਾ ਅਰਥ ਹੈ ਕਿ ਉਹ ਸਰਵ ਵਿਆਪਕ ਹੈ, ਉਹ ਇੱਕ ਜਿਹੜਾ ਪੈਦਾ ਵੀ ਕਰਦਾ, ਪਾਲਣ ਵੀ ਕਰਦਾ, ਮਾਰਨ ਦੀ ਸਮਰੱਥਾ ਵੀ ਰੱਖਦਾ ਹੈ, ਅਤੇ ਸਾਰੇ ਸੰਸਾਰ ਵਿੱਚ ਵਿਆਪਕ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਤੇ ਚਾਨਣ ਸਭ ਗੁਰਸਾਖੀ ਜੋਤ। ਇਹ ਗੱਲ ਆਪ ਸਮਝਣੀ ਅਤੇ ਦੂਜਿਆਂ ਨੂੰ ਸਮਝਾਉਣੀ, ਆਪ ਦ੍ਰਿੜ ਕਰਨੀ ਅਤੇ ਆਪਣੇ ਬੱਚਿਆਂ ਨੂੰ ਵੀ ਦ੍ਰਿੜ ਕਰਾਉਣੀ ਹੈ ਕਿ ਇੱਕ ਓਅੰਕਾਰ ਦਾ ਮਤਲਬ ਇਹ। ਹੁਣ ਅੱਗੇ ਉਸ 'ਤੇ ਗੁਣ ਦੱਸੇ, ਉਹਦੀ ਇੰਟਰੋਡਕਸ਼ਨ ਕਰਾਈ। ਉਹ ਇੱਕ ਜੋ ਸਰਵ ਸ਼ਕਤੀਵਾਨ ਹੈ, ਜੋ ਸਰਵ ਵਿਆਪਕ ਹੈ, ਉਹ ਇੱਕ ਸੱਤ ਹੈ। ਹੁਣ ਜਿਹੜੇ ਸੱਜਣ ਜਿਨ੍ਹਾਂ ਨੂੰ ਕਾਪੀਆਂ ਮਿਲ ਗਈਆਂ, ਜਿਹੜੇ ਘਰ ਤੋਂ ਕਾਪੀ ਲੈ ਕੇ ਆਏ ਨੇ ਜਾਂ ਇੱਥੋਂ ਮਿਲ ਗਈ, ਨੋਟ ਕਰੋ, ਗੁਰਬਾਣੀ ਵਿੱਚ 7 ਅੱਖਰ 3 ਰੂਪਾਂ ਵਿੱਚ ਆਉਂਦਾ ਹੈ। 3 ਰੂਪਾਂ ਵਿੱਚ ਇੱਕ ਹੈ ਸੱਸਾ ਤੱਤੇ ਨੂੰ ਸਿਹਾਰੀ ਸੱਤ, ਇਹ ਤੁਹਾਡੇ ਸਾਹਮਣੇ। ਇੱਕ ਹੈ ਸੱਸਾ ਤੱਤਾ ਮੁਕਤਾ ਸੱਤ, ਮੁਕਤਾ ਸਮਝਦੇ ਹੋ ਨਾ, ਜਿਹਨੂੰ ਕੋਈ ਮਾਤਰਾ ਨਾ ਲੱਗੀ ਹੋਵੇ ਉਹਨੂੰ ਮੁਕਤਾ ਕਹਿੰਦੇ। ਜੇ ਸੱਸਾ ਤੱਤਾ ਦੋਵੇਂ ਮੁਕਤੇ ਹੋਣ ਤਾਂ ਉਹ ਵੀ ਸੱਤ ਹੈ।
और एक सत है ससा ततिन ओंकार सा, ये तीन रूप सारे गुरु ग्रंथ साहब जी तुम मिले, उच्चारण तिना का सत कर पर अर्थ तिना के वक् वक्त। जिस सत के तत्ते सहरी है उसका मतलब है सत्य, सदा कायम रहने वाला, जदों संसार नहीं सी उदों भी सी हुण भी है, जो नहीं होगा उदों भी, यह है सत्य। जेड़ा ससा तत्ता मुक्ता सत है वह गिणती का सत्य, जिमें असी कहने सत चीजा पईआं हन, सत बंदे खड़े हैं, सत वस्त वह सत उदों होते हैं, तो जेड़ा सत अते नूं औंकड़ वाला होएगा वह हमेशा सत संतोख नाल आए। उहदा मतलब है आचरण करैक्टर वगैरह वगैरह। हुण इत्थे जिहड़ा सत है इहदा मतलब है वह सदा सत्य है, वह एक जो सर्वशक्तिवान है, जो सर्वव्यापक है, वह सदा सत्य। हुण असीं उसनूं याद करना तो किवें करना, उहदी मूर्ति तो बनाई नहीं जा सकती। रोज पढ़ते हैं चक्र चेहन अर बर्म जात अर पात नहन जे रूप रंग अर रेख पेक को कह न सकत के अचल मूर्त अनुभव प्रकाश अमित तोज कह जय कोट इंद्र इंद्रान शाहशाह। तो सियाखुरू फिर याद किवें करी, वो नाम रूप है, जिवें तुसी कितने बैठे हो तुहाडे विचों किसे एक नूं आवाज़ मारनी होवे तो किवें मारांगे, तुहाडा नाम लैके जिहदा नाम लवांगे तुसीं कहोगे हाँ जी दसो। इसे तरह परमात्मा जो है नाम रूप है। हुण असीं सत नाम, फिर अगे है करता पुरख। करते दा मतलब है करन वाला, जो सारे संसार नूं बणाउंदा, उन्हों करता कहो, क्रिएटर कहो, करनहार कहो, रचनहार कहो, पर वो ऐसा कमाल का करता है कि जिहड़ी चीज़ उसने बनाई उहदे विच बैठा होया। देखो आ बिल्डिंग बनाई है मिस्त्रियां ने कारीगरां ने, वो घर चले गए ने बिल्डिंग इत्थे खड़ी, पर जो परमात्मा ने बनाया उहदे विच बैठा होया। जिदण उहने अपने आप नूं विचों वखरा करना है ये ढेरी ਵਾਂਗੂ ਪੈ ਜਾ। ਇਸ ਲਈ ਕਰਤਾ ਪੁਰਖ, ਫਿਰ ਉਹ ਨਿਰਭਉ ਹੈ, ਸਾਰਿਆਂ ਤੋਂ ਵੱਡਾ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਫਿਰ ਅਸੀਂ ਸਾਰੇ ਉਸਦੇ ਪੈਦਾ ਕੀਤੇ ਹੋਏ ਬੱਚੇ ਹਾਂ, ਜਿਵੇਂ ਮਾਤਾ ਪਿਤਾ ਦੇ ਦੋ ਚਾਰ ਪੰਜ ਬੱਚੇ ਹੋਣ, ਮਾਤਾ ਪਿਤਾ ਕਦੇ ਬੱਚਿਆਂ ਨਾਲ ਵੈਰ ਨਹੀਂ ਕਰਦਾ। ਬੱਚਿਆਂ ਨੂੰ ਕਈ ਵਾਰੀ ਭੁਲੇਖਾ ਲੱਗ ਜਾਂਦਾ ਹੈ ਕਿ ਸਾਡੇ ਨਾਲ ਮਾਤਾ ਪਿਤਾ ਨੇ ਵੈਰ ਕੀਤਾ, ਪਰ ਮਾਤਾ ਪਿਤਾ ਨਹੀਂ ਕਰਦਾ, ਪਰਮਾਤਮਾ ਤਾਂ ਬਿਲਕੁਲ ਹੀ ਨਹੀਂ ਕਰਦਾ, ਕਿਉਂਕਿ ਅਸੀਂ ਸਭ ਉਸਦੇ ਬੱਚੇ, ਇਸ ਲਈ ਉਹ ਨਿਰਵੈਰ ਹੈ। ਧਿਆਨ ਰੱਖਣਾ, ਵਾਰ ਵਾਰ ਮੈਂ ਦੁਹਰਾਵਾਂਗਾ ਨਹੀਂ। ਫਿਰ ਉਹ ਅਕਾਲ ਮੂਰਤ, ਤੁਸੀਂ ਆਖੋਗੇ ਮੂਰਤ ਕਿਵੇਂ ਆ ਗਈ, ਇੱਥੇ ਮੂਰਤ ਦਾ ਮਤਲਬ ਹੈ ਹਸਤੀ, ਉਹਦਾ ਵਿਅਕਤੀਤਵ ਜੋ ਹੁਣ ਤੱਕ ਬਿਆਨ ਕੀਤਾ ਗਿਆ, ਉਹ ਕਾਲ ਦੀ ਪਕੜ ਤੋਂ ਰਹਿਤ। ਅਸਲ ਸ਼ਬਦ ਕਾਲ ਹੈ, ਅਤੇ ਕਾਲ ਦੇ ਅੱਗੇ ਜਦੋਂ ਐੜਾ ਲੱਗ ਜਾਏ ਫਿਰ ਉਹ ਬਣ ਜਾਂਦਾ ਅਕਾਲ, ਕਾਲ ਤੋਂ ਰਹਿਤ। ਉਹਦੀ ਜੋ ਹਸਤੀ ਹੈ ਉਹ ਕਾਲ ਦੀ ਪਕੜ ਤੋਂ ਰਹਿਤ। ਅਜੂਨੀ ਅਸਲ ਸ਼ਬਦ ਹੈ ਜੂਨੀ, ਆਹ ਪੁਰਾਣੀ ਜੂਨੀ ਹੈ, ਪੁਰਾਣੀ ਜੂਨੀ ਹੈ ਪੁਰਾਣੀ, ਪਰ ਐੜਾ ਲੱਗ ਗਿਆ ਅਤੇ ਬਣ ਗਿਆ ਅਜੂਨੀ। ਕਈ ਪ੍ਰੇਮੀ ਅਣਜਾਣ ਗੁਣੇ ਵਿੱਚ ਆ ਜੂਨੀ ਵੀ ਕਹਿੰਦੇ, ਗਲਤ ਹੈ, ਐੜੇ ਨੂੰ ਕਰਨਾ ਨਹੀਂ ਹੈਗਾ, ਇਸ ਨੂੰ ਕੀ ਪੜ੍ਹਨਾ ਹੈ ਅਜੂਨੀ। ਸਹਿ ਭੰਗ ਇਹਦੇ ਅਰਥ ਨੇ ਸੁਤੇ ਪ੍ਰਕਾਸ਼, ਉਹ ਕਿਸੇ ਤੋਂ ਪੈਦਾ ਕੀਤਾ ਹੋਇਆ ਨਹੀਂ, ਅੱਗੇ ਚੱਲ ਕੇ ਵਿਆਖਿਆ ਆਏਗੀ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ। ਇਸ ਲਈ ਉਹ ਸਹਿਬ ਇੰਨੇ ਗੁਣਾਂ ਦਾ ਮਾਲਕ ਜੋ ਵਾਹਿਗੁਰੂ ਹੈ, ਅਸੀਂ ਉਸਨੂੰ ਜਾਣਨਾ ਅਤੇ ਕਿਵੇਂ ਜਾਣਨਾ,
ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਹੁਣ ਪ੍ਰਸਾਦ ਅੱਖਰ ਵੀ ਗੁਰਬਾਣੀ ਦੇ ਤਿੰਨ ਰੂਪਾਂ ਵਿੱਚ ਆਉਂਦਾ, ਨੋਟ ਕਰੋ। ਪ੍ਰਸਾਦ ਦੱਦੇ ਨੂੰ ਔਂਕੜ ਨਾਲ, ਪ੍ਰਸਾਦ ਦੱਦੇ ਨੂੰ ਸਿਆਹੀ ਨਾਲ, ਪ੍ਰਸਾਦ ਦੱਦਾ ਮੁਕਤਾ। ਉਚਾਰਨ ਤਿੰਨਾਂ ਦਾ ਪ੍ਰਸਾਦ ਹੋਵੇਗਾ ਪਰ ਅਰਥ ਤਿੰਨਾਂ ਦੇ ਵੱਖ ਵੱਖ। ਜੇ ਪ੍ਰਸਾਦ ਦੱਦੇ ਨੂੰ ਔਂਕੜ ਵਾਲਾ ਹੋਵੇ ਤਾਂ ਉਹਦਾ ਅਰਥ ਹੈ ਕਿਰਪਾ। ਜਿਵੇਂ ਤੁਸੀਂ ਸੁਖਮਨੀ ਸਾਹਿਬ ਪੜ੍ਹਦੇ ਹੋ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮ ਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ। ਉੱਥੇ ਪ੍ਰਸਾਦ ਦੇ ਦੱਦੇ ਨੂੰ ਔਂਕੜ, ਉਹਦਾ ਅਰਥ ਹੈ ਕਿਰਪਾ। ਜੇ ਪ੍ਰਸਾਦ ਦੇ ਦੱਦੇ ਨੂੰ ਸਿਆਰੀ ਲੱਗ ਜਾਏ ਫਿਰ ਕਿਰਪਾ ਦੁਆਰਾ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਜੇ ਪ੍ਰਸਾਦ ਪਾਠ ਪਟੰਬਰ ਹਡਾਵੇ, ਜੇ ਪ੍ਰਸਾਦ ਆਭੂਖਣ ਪੈਰੀ ਜਾਏ, ਇੱਥੇ ਦੱਦੇ ਨੂੰ ਸਿਆਰੀ ਹੈ। ਅਤੇ ਜੇ ਪ੍ਰਸਾਦ ਦੱਦਾ ਮੁਕਤਾ ਆ ਜਾਏ ਤਾਂ ਉਹਦੇ ਨਾਲ ਕੋਈ ਸੰਬੰਧ ਕੀ ਹੈ? ਜਿਵੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 1143 ਅੰਗ 'ਤੇ ਨੋਟ ਕਰੋ, ਗੁਰ ਪੂਰਾ ਪੂਰਾ ਪ੍ਰਸਾਦ, ਉੱਥੇ ਪ੍ਰਸਾਦ ਦਾ ਦੱਦਾ ਮੁਕਤਾ ਹੈ। ਹੁਣ ਇਹ ਮੂਲ ਮੰਤਰ ਦੇ ਅਰਥ ਤੁਹਾਨੂੰ ਦਾਸ ਨੇ ਦੱਸ ਦਿੱਤੇ। ਜੇ ਕਿਸੇ ਨੂੰ ਨਾ ਸਮਝ ਆਈ ਹੋਵੇ ਉਹ ਆਪਣੀ ਉਂਗਲ ਖੜੀ ਕਰ ਸਕਦਾ, ਫਿਰ ਉਹਨੂੰ ਦੱਸੇ ਜਾਣਗੇ। ਅਤੇ ਜੇ ਸਮਝ ਆ ਗਈ, ਇੱਕ ਵਾਰੀ ਇਹਦਾ ਪਾਠ ਕਰੋ, ਜਪ ਜੀ ਸਾਹਿਬ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਹ ਹੈ ਮੂਲ ਮੰਤਰ। ਇਹ ਠੀਕ ਹੈ ਕਿ ਕੁਝ ਪੰਥ ਦੇ ਅੰਦਰ ਸੰਪਰਦਾਵਾਂ ਐਸੀਆਂ ਹਨ ਜਿਹੜੀਆਂ ਇਸ ਨੂੰ ਮੰਨਦੀਆਂ ਨੇ। ਖਿਮਾ ਕਰ, ਮੈਂ ਕਿਸੇ ਦੇ ਉੱਤੇ ਕੋਟ ਅੰਕਣ ਨਹੀਂ ਕਰਦਾ, ਪਰ ਇਹ ਗੁਰਪ੍ਰਸਾਦ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਗਭਗ 33 ਵਾਰ ਹਰ ਰਾਗ ਦੀ ਆਰੰਭਤਾ ਵਿੱਚ ਇਹੀ ਸਰੂਪ ਆਇਆ। ਇਸ ਲਈ ਸਾਨੂੰ ਦ੍ਰਿੜਤਾ ਹੁੰਦੀ ਹੈ ਕਿ ਮੂਲ ਮੰਤਰ ਦਾ ਰੂਪ ਹੈ ਇਹ। ਅੱਗੇ ਹੈ ਜਪ। ਜਪ ਜਿਹੜਾ ਉਹ ਦੋਵੇਂ ਪਾਸੇ ਬੰਦ ਕੀਤਾ ਗਿਆ। ਇਹਦਾ ਮਤਲਬ ਇਹ ਬਾਣੀ ਦਾ ਸਿਰਲੇਖ ਹੈ, ਬਾਣੀ ਦਾ ਨਾਮ ਹੈ। ਗੁਰਬਾਣੀ ਵਿੱਚ ਜਪ ਵੀ ਤਿੰਨ ਰੂਪਾਂ ਵਿੱਚ ਆਉਂਦਾ, ਨੋਟ ਕਰੋ। ਇੱਕ ਜਪ ਤੁਹਾਡੇ ਸਾਹਮਣੇ ਹੈ, ਪੱਪੇ ਨੂੰ ਔਂਕੜ ਵਾਲਾ, ਇਹ ਨਾਉਨ ਪੁਲਿੰਗ ਇੱਕ ਵਚਨ ਹੈ। ਪਰ ਇਹੀ ਜਪ ਜੇ ਪੱਪਾ ਮੁਕਤਾ ਹੋ ਜਾਏ, ਔਂਕੜ ਹਟ ਜਾਏ, ਫਿਰ ਇਹ ਪਲੂਰਲ ਬਹੁ ਵਚਨ ਬਣ ਜਾਏ। ਜਿਵੇਂ ਅਸੰਖ ਜਪ ਅਸੰਗ ਭਾਵ, ਉੱਥੇ ਜਪ ਦਾ ਪੱਪਾ ਮੁਕਤਾ ਹੈ ਨਾਲ ਅਸੰਖ ਵੀ। ਅਤੇ ਜਿੱਥੇ ਜਪ ਦੇ ਪੱਪੇ ਨੂੰ ਸਿਆਹੀ ਲੱਗ ਜਾਏ, ਉਹਦਾ ਅਰਥ ਹੈ ਜਪਣਾ ਕਰ ਜਾਂ ਜਪਣ ਕਰਕੇ। ਏਕੋ ਜਪ ਏਕੋ ਸਨ। ਹੁਣ ਇਹਦਾ ਉਚਾਰਨ ਕੀ ਕਰਨਾ? ਜਪ। ਅੱਗੇ ਹੈ ਸਲੋਕ। ਕਈ ਇਤਰਾਜ਼ ਕਰਦੇ ਨੇ ਕਿ ਸਲੋਕ ਲਿਖਿਆ ਨਹੀਂ, ਪਰ ਇਹੀ ਸਰੂਪ ਸੁਖਮਨੀ ਸਾਹਿਬ ਵਿੱਚ ਮਿਲਦਾ ਹੈ। ਸਿਰਫ ਫਰਕ ਹੈ ਤਾਂ ਉੱਥੇ ਪੀ ਅਤੇ ਭੇ ਦਾ, ਪਰ ਉੱਥੇ ਲਿਖਿਆ ਹੋਇਆ ਸਲੋਕ। ਇੱਥੇ ਨਾਲੇ ਅੱਗੇ ਇੱਕ ਲੱਗਾ ਹੋਇਆ, ਪੜ੍ਹੋ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹਨੂੰ ਕਾਲੀ ਦੇ ਨਾਲ ਨਾਨਕ ਹੋਸੀ ਵੀ ਸੱਚ ਨਹੀਂ ਕਹਿਣਾ, ਨਾਨਕ 'ਤੇ ਰੁਕ ਜਾਣਾ। ਹੁਣ ਸਵਾਲ ਪੈਦਾ ਹੁੰਦਾ ਕਿ ਨਾਨਕ ਪਹਿਲੀ ਵਾਰੀ ਆਇਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਾਨਕ ਕਈ ਰੂਪਾਂ ਵਿੱਚ ਆਏ। ਜਿਵੇਂ ਸੰਗਤ ਨੂੰ ਪੁੱਛ ਲਵਾਂ, ਬੜੇ ਬੜੇ ਗਿਆਨਵਾਨ ਵੀ ਬੈਠੇ ਨੇ, ਬਈ ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਤੁਸੀਂ ਆਖੋਗੇ ਜੀ ਕਰਦੇ ਹੀ ਹਾਂ।
ਇਹ ਦੱਸੋ ਕਿ ਜਪੁਜੀ ਸਾਹਿਬ ਵਿੱਚ ਨਾਨਕ ਕੱਕੇ ਨੂੰ ਔਂਕੜ ਵਾਲਾ ਕਿੰਨੀ ਵਾਰੀ ਆਉਂਦਾ? ਦੋ ਵਾਰੀ। ਇਹਦਾ ਮਤਲਬ ਬੀਬੀ ਜੀ ਨੇ ਪੜ੍ਹਿਆ, ਸੁਣਿਆ ਜਾਂ ਧਿਆਨ ਦਿੱਤਾ, ਦੋਵਾਂ 'ਚ ਕੋਈ ਗੱਲ ਨਹੀਂ। ਪਰ ਆਮ ਸੰਗਤ ਨੂੰ ਨਹੀਂ ਪਤਾ ਫਰਕ ਕੀ ਹੈ। ਜਿੱਥੇ ਨਾਨਕ ਕੱਕਾ ਆਏਗਾ ਉਹ ਹੈ ਕਵੀ ਦੀ ਮੋਹਰ ਛਾਪ। ਬਾਣੀ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੀਂ, ਛੇ ਗੁਰੂ ਸਾਹਿਬਾਨ ਦੀ ਹੈ। ਮੋਹਰ ਕਿਸਦੀ ਆਏਗੀ? ਨਾਨਕ। ਉਹ ਹਮੇਸ਼ਾ ਨਾਨਕ ਦੀ ਮੋਹਰ ਜਿਹੜੀ ਕੱਕਾ ਮੁਕਤਾ ਹੋਏ। ਪਰ ਜਦੋਂ ਨਾਨਕ ਦੇ ਕੱਕੇ ਨੂੰ ਔਂਕੜ ਲੱਗ ਜਾਏਗਾ ਉਹ ਨਾਨਕ ਜੀ ਆਪਣੇ ਲਈ ਕਹਿ ਰਹੇ। ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਆ ਇਹ ਨੋਟ ਕਰ ਲਓ। ਇੱਕ ਨਾਨਕ ਆਏਗਾ ਕੱਕੇ ਨੂੰ ਸਿਹਾਰੀ ਵਾਲਾ, ਉਹਦਾ ਮਤਲਬ ਹੈ ਨਾਨਕ ਦੁਆਰਾ ਇਹ ਕੰਮ ਕੀਤਾ ਨਹੀਂ। ਇੱਕ ਨਾਨਕ ਹੋਰ ਆਏਗਾ, ਕੱਕਾ ਮੁਕਤਾ ਵੀ ਹੋਏਗਾ, ਪਰ ਉਹਦੇ ਨਾਲ ਆਏਗਾ ਕਾ ਕੇ ਕੀ ਕਹੋ ਕਹਿ। ਨਾਨਕ ਕੀ ਅਰਦਾਸ ਪਿਆਰੇ, ਨਾਨਕ ਕਹੋ ਪ੍ਰਭਦਾਨ ਦੀ ਜੈ, ਨਾਨਕ ਕਾ ਪ੍ਰਭ ਅੰਤਰ ਜਾਮੀ, ਨਾਨਕ ਕਹਿ ਕਰ ਕੇਵਲ ਨਾ। ਇਹਨੂੰ ਕਹਿੰਦੇ ਨੇ ਪ੍ਰੈਪੋਜੀਸ਼ਨ, ਸੰਬੰਧਕੀ। ਹੁਣ ਫਿਰ ਇੱਕ ਵਾਰੀ ਸਲੋਕ ਦਾ ਪਾਠ ਕਰੋ। ਇਹਦਾ ਮਤਲਬ ਹੈ ਕਿ ਆਦਿ, ਆਮ ਤੌਰ 'ਤੇ ਅਸੀਂ ਤਿੰਨ ਕਾਲ ਮੰਨਦੇ ਹਾਂ, ਭੂਤ, ਭਵਿੱਖ ਅਤੇ ਵਰਤਮਾਨ। ਪਰ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਮੰਨੇ। ਉਹਨਾਂ ਨੇ ਆਦਿ ਤੋਂ ਪਹਿਲਾਂ ਵੀ ਇੱਕ ਮਸਾਂ ਜਦੋਂ ਕੁਝ ਹੈ ਹੀ ਨਹੀਂ ਸੀ, ਉਹਦਾ ਜ਼ਿਕਰ ਗੁਰਬਾਣੀ 'ਚ ਆਉਂਦਾ, ਅਰਬਦ ਨਰਬਦ ਤੰਦੂ ਕਾਰਾ, ਧਰਨ ਗਗਨਾ ਹੁਕਮੇ ਅਪਾਰਾ, ਨਾ ਦਿਨ ਰਹਿਣ, ਨਾ ਚੰਦ, ਨਾ ਸੂਰਜ, ਸੁਨ ਸਮਾਧ ਲਗਾਏ। ਉਹ ਸਮਾਂ ਮੁੰਡਲਾ ਸੀ। ਪਾਤਸ਼ਾਹ ਕਹਿੰਦੇ ਨੇ ਉਹ ਮੇਰਾ ਅਕਾਲ ਪੁਰਖ ਜਿਹਦੇ ਗੁਣ ਤੁਹਾਨੂੰ ਦੱਸ ਦਿੱਤੇ ਨੇ। ਆਦਿ ਸੱਚ ਬੋਲੋ, ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜੇ ਤੁਸੀਂ ਗਲਤੀ ਨਾਲ ਨਾਨਕ ਹੋਸੀ ਵੀ ਪੜੋਗੇ ਤਾਂ ਉਹਦਾ ਅਰਥ ਗਲਤ ਹੋ ਜਾਣਾ। ਉਹਦਾ ਅਰਥ ਹੋ ਜਾਂਦਾ ਨਾਨਕ ਸੱਚ ਹੋ ਪਏਗਾ। ਨਹੀਂ, ਨਾਨਕ ਜੀ ਫਰਮਾਉਂਦੇ ਹਨ ਉਹ ਪਰਮਾਤਮਾ ਆਦਿ ਵਿੱਚ ਵੀ ਸੱਚ ਸੀ, ਜਦੋਂ ਯੁੱਗਾਂ ਦਾ ਸ਼ੁਰੂ ਹੋਇਆ ਉਦੋਂ ਵੀ ਸੱਚ ਸੀ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ। ਅੱਗੇ ਚੱਲੀ, ਹੁਣ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਹੋਣ ਲੱਗਾ। ਇਹ ਜਿਹੜਾ ਇੱਕ ਹੈ, ਇਹ ਸਲੋਕ ਇੱਕ ਦਾ ਸੂਚਕ ਹੈ। ਜਦੋਂ ਜਪੁਜੀ ਸਾਹਿਬ ਸ਼ੁਰੂ ਹੋਵੇਗਾ, ਜਦੋਂ ਪਹਿਲੀ ਪੌੜੀ ਪੂਰੀ ਹੋਵੇਗੀ, ਉੱਥੇ ਫਿਰ ਇੱਕ ਆਏਗਾ। ਕਈ ਪ੍ਰੇਮੀ ਇਹਨੂੰ ਵੀ ਪਹਿਲੀ ਪੌੜੀ ਕਹੀ ਜਾਂਦੇ, ਇਹ ਉਹਨਾਂ ਦੀ ਸੋਚ ਦਾ ਨਤੀਜਾ। ਜੇ ਇਹਨੂੰ ਸਮਝ ਲੈਣ ਤਾਂ ਠੀਕ ਹੈ, ਅਸੀਂ ਕਿਸੇ ਨਾਲ ਲੜਦੇ ਨਹੀਂ। ਜੇ ਕੋਈ ਨਾ ਮੰਨੇ ਤਾਂ ਨਾ ਮੰਨੇ। ਤੋ ਅੱਗੇ ਹੈ ਜਪੁਜੀ ਸਾਹਿਬ ਦੀ ਸ਼ੁਰੂਆਤ, ਆਰੰਭਤਾ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁੱਟੀਆਂ ਬਾਹਰ, ਸਹਿਸ। ਇਹ ਤੁਸੀਂ ਜਦ ਤੱਕ ਇਹਨੂੰ ਸੈੱਟ ਨਹੀਂ ਕਰੋਗੇ ਕੋਈ ਆਨੰਦ ਨਹੀਂ। ਇਹ ਬਦਕਿਸਮਤੀ ਹੈ ਸਾਡੀ। ਗੁਰਦੁਆਰੇ ਅਸੀਂ ਬੜੇ ਵੱਡੇ ਵੱਲੋਂ ਸਾਊਂਡ ਸਿਸਟਮ ਸਾਡਾ ਜ਼ੀਰੋ, ਹੁਣ ਇਹ ਮੈਂ ਥੋੜ੍ਹਾ ਕੀ ਕਰ। ਇੱਕ ਸੱਜਣ ਉੱਥੇ ਬੈਠ ਜਾਓ ਜਿਹੜੇ ਕੰਟਰੋਲ ਕਰੋ, ਫਿਰ ਧਿਆਨ ਦਿਓ ਜੀ। ਇਸ ਤਰ੍ਹਾਂ ਬੇਰੁਸੀ ਹੋਵੇਗੀ, ਤੁਹਾਨੂੰ ਵੀ ਰਸ ਨਹੀਂ ਆਏਗਾ, ਮੈਨੂੰ ਵੀ ਨਹੀਂ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ,
ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਤਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਦੇਖੋ ਪੌੜੀ ਦਰ ਪੌੜੀ, ਜਿਵੇਂ ਤੁਸੀਂ ਦਰਬਾਰ ਵਿੱਚ ਆਏ ਹੋ ਨਾ, ਕਈ ਪੌੜੀਆਂ ਚੜ੍ਹ ਕੇ ਆਏ, ਹਰ ਪੌੜੀ ਦਾ ਮਹੱਤਵ ਹੈ। ਇਸੇ ਤਰ੍ਹਾਂ ਜਪਜੀ ਸਾਹਿਬ ਦੀਆਂ ਜਿਹੜੀਆਂ 38 ਪੌੜੀਆਂ ਨੇ, ਇਹਨਾਂ ਦਾ ਮਹੱਤਵ ਹੈ ਇੱਕ ਇੱਕ ਪੌੜੀ ਦੇ ਭਾਵ ਨੂੰ ਸਮਝਣ। ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬੜਾ ਹੀ ਕਮਾਲ ਤਰੀਕਾ ਹੈ ਕਿ ਪਹਿਲਾਂ ਉਹ ਉਹਨਾਂ ਪ੍ਰਚਲਿਤ ਗੱਲਾਂ ਦਾ ਵਰਣਨ ਕਰਦੇ ਜਿਹੜੀਆਂ ਆਮ ਲੋਕ ਕਰ ਰਹੇ। ਪਰਮਾਤਮਾ ਨੂੰ ਮਿਲਣ ਵਾਸਤੇ, ਸਚਿਆਰ ਬਣਨ ਵਾਸਤੇ ਜਿਹੜੇ ਜਿਹੜੇ ਤਰੀਕੇ ਲੋਕ ਵਰਤ ਰਹੇ ਨੇ, ਪਹਿਲਾਂ ਜ਼ਿਕਰ ਉਹਨਾਂ ਦਾ ਕਰਦੇ। ਪਹਿਲੀ ਪੰਕਤੀ ਵਿੱਚ ਆਇਆ ਸੋਚੈ ਸੋਚ ਨਾ ਹੋ ਗਈ। ਇਹਦੇ ਦੋ ਅਰਥ ਪ੍ਰਚਲਿਤ ਨੇ, ਇੱਕ ਤਾਂ ਹੈ ਸੂਚਮਤਾ, ਵੀ ਬਾਹਰਲੀ ਸੂਚਮਤਾ ਕਰਨ ਦੇ ਨਾਲ ਅੰਦਰ ਸੋਚਾ ਨਹੀਂ। ਕਈ ਵਿਦਵਾਨ ਇਹਨੂੰ ਸੋਚਣ ਦੇ ਨਾਲ ਵੀ ਲੈਂਦੇ, ਪਰ ਕਿਉਂਕਿ ਅੱਗੇ ਜਾ ਕੇ ਸਿਆਣਪਾਂ ਦੀ ਗੱਲ ਆ ਜਾਂਦੀ ਹੈ ਅਤੇ ਇਸ ਲਈ ਸੋਚਣ ਦੀ ਗੱਲ ਉੱਥੇ ਆਏ। ਇਹ ਹੈ ਸੂਚਮਤਾ ਦੀ ਗੱਲ। ਮਹਾਰਾਜ ਕਹਿੰਦੇ ਨੇ ਸੋਚੈ ਸੋਚ ਨਾ ਹੋ ਰਹੀ, ਬਾਹਰਲੀ ਸੂਚਮਤਾ ਦੇ ਨਾਲ ਅੰਦਰ ਸੋਚਾ ਨਹੀਂ। ਗੁਰਬਾਣੀ ਦਾ ਸਿਧਾਂਤ ਹੈ ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ। ਤੁਸੀਂ ਵੀ ਮੰਨਦੇ ਹੋ ਬਈ ਮਨ ਨੂੰ ਅੱਛਾ ਕਰਨ ਵਾਸਤੇ ਸਾਨੂੰ ਗੁਰੂ ਕੋਲੋਂ ਪੁੱਛਣਾ ਪਵੇ। ਪਹਿਲੀ ਪੰਕਤੀ 'ਚ ਆਇਆ ਕਿ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ, ਇਹਨੂੰ ਲਖਵਾਰ ਇਕੱਠਾ ਨਹੀਂ ਕਹਿਣਾ, ਲੱਖ ਵਾਰ, ਜੇ ਲੱਖ ਵਾਰੀ ਵੀ ਸੁਚਮਤਾ ਕਰ ਲਈਏ ਅੰਦਰ ਸੱਚਾ ਨਹੀਂ। ਫਿਰ ਮਹਾਰਾਜ ਕਹਿੰਦੇ ਨੇ ਚੁੱਪੈ ਚੁੱਪ ਨਾ ਹੋ ਗਈ, ਜੇ ਬਾਹਰੋਂ ਕੋਈ ਚੁੱਪ ਕਰਕੇ ਬੈਠ ਜਾਏ ਤੇ ਅੰਦਰ ਚੁੱਪ ਨਹੀਂ ਹੋ। ਜਦੋਂ ਮੈਂ ਪੜ੍ਹਦਾ ਸੀ ਤੇ ਸੰਤਾਂ ਨੇ ਇੱਕ ਗੱਲ ਸੁਣਾਈ, ਸੰਤ ਤੇਜਾ ਸਿੰਘ ਜੀ ਡਬਲ ਐਮਿਸ਼ਨ ਹਾਰਵਰਡ ਯੂਨੀਵਰਸਿਟੀ, ਕਹਿਣ ਲੱਗੇ ਅਸੀਂ ਜਪਾਨ ਜਾਣਾ ਸੀ, ਬੰਬਈ ਤੋਂ ਜਹਾਜ਼ ਫੜਨਾ ਸੀ, ਕਿਸੇ ਗੁਰਮੁਖ ਦੇ ਘਰ ਟਿਕੇ ਹੋਏ ਸਨ ਅਤੇ ਉਹ ਕਹਿਣ ਲੱਗੇ ਜੀ ਇੱਕ ਇੱਥੇ ਸੰਤ ਹੈਗੇ ਨੇ ਬੜੇ ਪਹੁੰਚੇ ਹੋਏ, ਅੱਜ ਇਹ ਬੜਾ ਸ਼ਬਦ ਪ੍ਰਚਲਿਤ ਹੋ ਗਿਆ, ਜਿਸ ਕਿਸੇ ਨੂੰ ਕਹਿਣਗੇ ਜੀ ਬੜੇ ਪਹੁੰਚੇ ਹੋਏ, ਅਤੇ ਜੇ ਪੁੱਛ ਲਓ ਕਿੱਥੇ ਪਹੁੰਚੇ ਇਹ ਕਿਸੇ ਨੂੰ ਪਤਾ ਨਹੀਂ, ਬਸ ਪਹੁੰਚੇ ਹੋਏ, ਬੜੇ ਪਹੁੰਚੇ ਹੋਏ ਜੀ। ਅਸੀਂ ਆਖਿਆ ਜੀ ਉਹਦੇ ਪਹੁੰਚਣ ਦੀ ਕੋਈ ਨਿਸ਼ਾਨੀ? ਕਹਿੰਦੇ ਜੀ ਉਹਨਾਂ ਨੇ ਮੌਨ ਵਰਤ ਧਾਰਨ ਕੀਤਾ ਹੋਇਆ ਅਤੇ ਤੁਸੀਂ ਉਹਨਾਂ ਦੇ ਦਰਸ਼ਨ ਕਰੋ। ਕਹਿੰਦੇ ਅਸੀਂ ਕੀ ਦਰਸ਼ਨ ਕਰਕੇ ਲੈਣੇ, ਵੀ ਉਹ ਵੀ ਮੌਨੀ ਅਤੇ ਅਸੀਂ ਵੀ ਮੌਨੀ ਬਣ ਜਾਂਦੇ, ਜਿਹੜਾ ਹੁਣ ਮੌਨ ਕਰਕੇ ਬੈਠਾ ਹੈ ਉਹਦੇ ਨਾਲ ਗੱਲ ਤਾਂ ਹੋ ਨਹੀਂ ਸਕਦੀ, ਉਹਨੇ ਬੋਲਣਾ ਹੀ ਨਹੀਂ। ਇਹ ਜੀ ਉਹ ਪਹੁੰਚੇ ਹੋਏ, ਅਸੀਂ ਚਲੇ ਗਏ, ਧਿਆਨ ਦੇਣਾ, ਅਸੀਂ ਜਾ ਕੇ ਬੈਠ ਗਏ, ਉਹ ਵੀ ਬੈਠੇ ਸੀ, ਉਹ ਵੀ ਚੁੱਪ ਸਨ, ਅਸੀਂ ਵੀ ਚੁੱਪ ਸਨ। 5-7 ਮਿੰਟ ਬਾਅਦ ਅਸੀਂ ਉੱਠ ਕੇ ਖੜ੍ਹੇ ਹੋ, ਉਹਨੇ ਹੱਥ ਨਾਲ ਇਸ਼ਾਰਾ ਕੀਤਾ ਸੰਤ ਨੇ ਬੈਠੋ। ਉਹਨੇ ਆਪਣੇ ਕੋਲ ਇੱਕ ਸਲੇਟ ਅਤੇ ਸਲੇਟੀ ਰੱਖੀ ਹੋਈ ਸੀ, ਸਲੇਟ ਦੇ ਉੱਤੇ ਸਲੇਟੀ ਨਾਲ ਲਿਖਿਆ ਕਿ ਮੈਨੇ 2 ਦਿਨ ਸੇ ਭੋਜਨ ਨਹੀਂ ਕੀਆ, ਉਸਕਾ ਪ੍ਰਬੰਧ ਕਰ। ਸਾਡਾ ਹਾਸਾ ਨਿਕਲ ਗਿਆ ਬਈ ਬਾਹਰੋਂ ਤਾਂ ਚੁੱਪ ਨੇ ਅੰਦਰ ਚੁੱਪ ਨਹੀਂ ਹੈ। ਆਹ ਗੱਲ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ, ਇਹੋ ਜਿਹਾ ਪਖੰਡ ਨਹੀਂ ਕਰਨਾ, ਚੁੱਪੈ ਚੁੱਪ ਨਾ ਹੋਈ, ਬਾਹਰੋਂ ਚੁੱਪ ਕਰਨ ਨਾਲ ਅੰਦਰ ਚੁੱਪ ਨਹੀਂ ਹੁੰਦੀ।
ਅੰਦਰ ਤੇ ਫੁਰ ਰਹੇ ਉਹ ਉੱਠੀ ਜਾ। ਜੇ ਲਾਏ ਰਹਾਂ ਨਿਭ ਤਾਰ, ਤਾਰ ਦਮ ਇੱਕ ਟੱਕ ਜੇ ਨਿਭ ਲਾ ਕੇ ਬੈਠੇ ਰਹੀਏ ਇਹਦੇ ਨਾਲ ਚੁੱਪ ਨਹੀਂ, ਸਮਝ ਆ ਗਈ। ਫਿਰ ਭੁੱਖਿਆਂ ਭੁੱਖ ਨਾ ਉਤਰੀ, ਜਿਹੜੇ ਤ੍ਰਿਸ਼ਨਾਲੂ ਬੰਦੇ ਨੇ ਭੁੱਖੇ ਨੇ ਉਹਨਾਂ ਦੀ ਭੁੱਖ ਕਦੇ ਨਹੀਂ ਉਤਰ ਸਕਦੀ। ਉਹਨਾਂ ਨੂੰ ਭਾਵੇਂ ਸਾਰੀ ਦੁਨੀਆ ਦੇ ਪਦਾਰਥ ਦੇ ਦਿਓ ਉਹਨਾਂ ਦੀ ਭੁੱਖ ਨਹੀਂ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਓਟ ਜੋਰੇ ਨਾ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕੋ। ਇਹਦੇ ਕੋਲ ਦੋ ਫੈਕਟਰੀਆਂ ਨੇ, ਹੁਣ ਕਹੋ ਜੀ ਹੁਣ ਤਾਂ ਬੜੀ ਕਿਰਪਾ ਤੁਹਾਡੇ 'ਤੇ, ਕਹਿੰਦੇ ਨਹੀਂ ਆਲੀ ਤਾਂ ਦੋ ਹੋਰ ਲੋਕੀਆਂ, ਭੁੱਖ ਮੁੱਕਦੀ ਨਹੀਂ। ਤਾਂ ਮਹਾਰਾਜ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਪਾਰ, 14 ਪੁਰੀਆਂ ਕਹੀਆਂ ਜਾਂਦੀਆਂ ਨੇ। ਇਹ ਪਾਰ ਦਾ ਮਤਲਬ ਹੁੰਦਾ ਪੰਡ, ਜੇ ਸਾਰੀਆਂ ਪੁਰੀਆਂ ਦੇ ਪਦਾਰਥਾਂ ਦੀ ਪੰਡ ਬਣ ਕੇ ਵੀ ਦੇ ਦਿਓ ਨਾ, ਭੁੱਖਿਆਂ ਦੀ ਭੁੱਖ ਨਹੀਂ। ਤ੍ਰਿਸ਼ਨਾਲੂ ਨਹੀਂ ਕਦੇ ਰੱਜਦਾ, ਕਹਿੰਦਾ ਹਾਂ ਨੀਚੇ ਹੋਰ ਚਾਹੀਦਾ ਨੀਚੇ ਹੋਰ। ਫਿਰ ਮਾਰੇ ਕਹਿੰਦੇ ਸਹਿਜ ਸਿਆਣਪਾਂ ਲੱਖ ਹੋਏ, ਇਹਦਾ ਉਚਾਰਨ ਜਿਹੜਾ ਕਈ ਤਾਂ ਕਰਨਗੇ ਹੋ ਹੇ, ਕਈ ਕਰਨਗੇ ਹੋਏ ਨਹੀਂ, ਇਹਦਾ ਉਚਾਰਨ ਹੋਏ ਦੋ ਹਾਹੇ। ਜੇ ਸਿਆਣਪਾਂ ਕਿਸੇ ਕੋਲ ਬਹੁਤ ਜ਼ਿਆਦਾ ਹਜ਼ਾਰਾਂ ਲੱਖ ਤਾਂ ਇੱਕ ਨਾ ਚੱਲੇ, ਇਸ ਕੂੜ ਦੀ ਕੰਧ ਨੂੰ ਤੋੜਨ ਵਾਸਤੇ ਕੋਈ ਸਿਆਣਪ ਕੰਮ ਨਹੀਂ ਕਰਦਾ। ਫਿਰ ਹੁਣ ਮਹਾਰਾਜ ਆਪ ਹੀ ਸਵਾਲ ਕਰਦੇ ਨੇ, ਕਿਵੇਂ ਸਚਿਆਰਾ ਹੋਈ ਹੈ ਇਹ ਵਾਹਿਗੁਰੂ ਜੀ, ਅਸੀਂ ਕਿਵੇਂ ਸਚਿਆਰ ਬਣੇ ਸਾਨੂੰ ਦੱਸੋ, ਕਿਵੇਂ ਕੂੜੈ ਟੁੱਟੈ ਪਾਲ, ਕਿਵੇਂ ਕੂੜ ਦੀ ਕੰਧ ਸਾਡੇ 'ਤੇ ਪਰਮਾਤਮਾ ਵਿੱਚ ਜਿਹੜੀ ਬਣੀ ਹੋਈ ਹੈ ਟੁੱਟ ਜਾਏ। ਪਾਲ ਦਾ ਮਤਲਬ ਹੈ ਕੰਧ, ਪੜਦਾ। ਇਹ ਕੂੜ ਦੀ ਕੰਧ ਜਿਹੜੀ ਬਣੀ ਹੋਈ ਹੈ ਕਿਵੇਂ ਟੁੱਟੇ, ਲਓ ਹੁਣ ਮਹਾਰਾਜ ਜਵਾਬ ਦੇਣ ਲੱਗੇ। ਇਹ ਆਪਾਂ ਸਾਰਿਆਂ ਨੇ ਸਮਝਣਾ, ਹੁਕਮ ਰਦਾਈ ਚੱਲਣਾ ਨਾਨਕ ਲਿਖਿਆ ਨਾ। ਆਖਿਆ ਜੋ ਰਜ਼ਾ ਦਾ ਮਾਲਕ ਹੈ ਪਰਮਾਤਮਾ, ਉਹਦੇ ਹੁਕਮ ਵੀ ਚੱਲਣਾ, ਇਹ ਹੈ ਤੁਰੋਂ ਲਿਖਿਆ। ਹੋਰ ਸੌਖਾ ਕਰਕੇ ਸਮਝਣਾ ਹੁੰਦਾ, ਜੇ ਬੱਚਿਆਂ ਦੀ ਮਾਂ ਪਿਓ ਨਾਲ ਵਿਗੜ ਜਾਏ ਉਹਨੂੰ ਸਵਾਰਨਾ ਹੋਵੇ ਤਾਂ ਕੀ ਕਰੀਦਾ, ਬਈ ਬੱਚੇ ਕਹਿ ਦੇਣ ਪਿਤਾ ਜੀ ਸੋਰੀ ਖਿਮਾ ਕਰ, ਲੋ ਖਤਮ ਹੋ ਗਈ, ਅਸੀਂ ਤੁਹਾਡੇ ਕਹੇ ਮੁਤਾਬਕ ਚੱਲਾਂਗੇ, ਸਭ ਨਾਰਾਜ਼ਗੀ ਖਤਮ ਹੋ ਜਾਏ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜੇ ਅਸੀਂ ਕੂੜ ਦੀ ਕੰਧ ਤੋੜਨੀ ਹੈ, ਜੇ ਅਸੀਂ ਪਰਮਾਤਮਾ ਨੂੰ ਮਿਲਣਾ, ਉਹਦਾ ਤਰੀਕਾ ਇਹ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ। ਹੁਣ ਇਹ ਪਹਿਲੀ ਪੌੜੀ ਸਮਾਪਤ ਹੋਈ, ਜੇ ਤੁਹਾਨੂੰ ਸਮਝ ਆ ਗਈ ਫਿਰ ਅੱਗੇ ਚੱਲ ਪਈ। ਜਿਸ ਨੂੰ ਵੀ ਨਾ ਸਮਝ ਆਵੇ ਤੁਸੀਂ ਉਂਗਲ ਖੜੀ ਕਰ ਦਿਓ, ਇਹ ਮਿਹਨਤ ਰੋਜ਼ ਰੋਜ਼ ਨਹੀਂ ਹੋਣੀ। ਰੋਜ਼ ਤੁਸੀਂ ਜਪੁਜੀ ਸਾਹਿਬ ਪੜ੍ਹਦੇ ਹੋ ਮੁਬਾਰਕ ਹੈ, ਪਰ ਜਦੋਂ ਤੁਸੀਂ ਸਮਝ ਕੇ ਪੜ੍ਹੋਗੇ ਫਿਰ ਤੁਹਾਡਾ ਆਨੰਦ ਵੱਧ ਜਾਏਗਾ, ਫਿਰ ਤੁਹਾਨੂੰ ਹੋਰ ਰਸ ਆਏਗਾ। ਤਾਂ ਹੁਣ ਸਵਾਲ ਪੈਦਾ ਹੁੰਦਾ, ਹੁਕਮ ਹੈ ਕੀ? ਅਗਲੀ ਪੌੜੀ ਪੜ੍ਹੋ, ਹੁਕਮੀ ਹੋਮਨ ਆਕਾਰ। ਨਹੀਂ ਸਾਰੇ ਰਲ ਕੇ ਨਹੀਂ ਬੋਲੋਗੇ ਆਨੰਦ ਨਹੀਂ ਆਏ। ਹੁਕਮੀ ਹੋਮਨ ਆਕਾਰ, ਹੁਕਮ ਨ ਕਹਿਆ ਜਾਈ ਹੁਕਮੀ ਹੋਮਨ ਜੀ, ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਹੀਏ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹਿ ਨ ਕੋਏ।
ਲਓ ਹੁਣ ਸਵਾਲ ਪੈਦਾ ਹੁੰਦਾ ਕਿ ਹੁਕਮ ਹੈ ਕੀ ਤਾਂ ਗੁਰੂ ਨਾਨਕ ਪਾਤਸ਼ਾਹ ਦੱਸਦੇ ਨੇ ਹੁਕਮੀ ਹੋਮਨ ਆਕਾਰ ਆ ਜੋ ਕੁਝ ਅਸੀਂ ਦੇਖਦੇ ਹਾਂ ਮੇਰਾ ਤੁਹਾਡਾ ਸਭ ਦਾ ਆਕਾਰ ਇਹ ਉਹਦੇ ਹੁਕਮ ਕਰਕੇ ਹੋਇਆ ਪਰ ਹੁਕਮ ਨਾ ਕਿਹਾ ਜਾਏ ਜੇ ਕੋਈ ਕਹੇ ਵੀ ਹੁਕਮ ਦੀ ਸ਼ਬਦਾਂ ਨਾਲ ਵਿਆਖਿਆ ਕਰੋ ਮਾਰੇ ਕਹਿੰਦੇ ਨਹੀਂ ਹੋ ਸਕਦਾ ਇਹਦਾ ਮੰਨਣਾ ਪਵੇਗਾ ਕਿ ਜਿਤਨਾ ਸੰਸਾਰ ਹੈ ਇਹ ਸਭ ਦੇ ਹੁਕਮ ਵਿੱਚ ਪੈ ਹੁਕਮੀ ਹੋਮਨ ਆਕਾਰ ਹੁਕਮ ਨਾ ਕਿਹਾ ਹੁਕਮੀ ਹੋਮਨ ਜੀ ਹੁਣ ਗੁਰਬਾਣੀ 'ਚ ਜੀ ਵੀ ਕਈ ਰੂਪਾਂ ਵਿੱਚ ਆਉਂਦਾ ਇੱਕ ਜੀ ਆਉਂਦਾ ਜਿਹੜੇ ਜੀ ਬਿਹਾਰੀ ਜੀ ਆਓ ਜੀ ਜਿਵੇਂ ਜਪ ਜੀ ਆਏ ਆਦਰਵਾਜ਼ ਇੱਕ ਆਉਂਦਾ ਜੱਜੇ ਨੂੰ ਜੀ ਬਿਹਾਰੀ ਐਣਾ ਜੀ ਇਹ ਜਿੱਥੇ ਵੀ ਆਏਗਾ ਜੀ ਜੰਤ ਵਾਸਤੇ ਆਏਗਾ ਇੱਕ ਆਏਗਾ ਜੱਜੇ ਨੂੰ ਜੀ ਬਿਹਾਰੀ ਕੂੜੇ ਨੂੰ ਔਂਕੜ ਜੀਓ ਉਹ ਜਿੰਦ ਵਾਸਤੇ ਆਏਗਾ ਤੋ ਮਹਾਰਾਜ ਕਹਿੰਦੇ ਹੁਕਮੀ ਹੋਮਨ ਜੀ ਇਹ ਜਿਤਨੇ ਜੀਵ ਜੰਤ ਨੇ ਆ ਦੇਖੋ ਕੁਝ ਦਿਨ ਪਹਿਲਾਂ ਡੱਡੂ ਲੱਭਿਆ ਨਹੀਂ ਸੀ ਲੱਭਦੇ ਅਤੇ ਹੁਣ ਡੱਡੂ ਨਹੀਂ ਫਿਰਦੇ ਹੋਰ ਥੋੜ੍ਹੇ ਦਿਨ ਬਾਅਦ ਤੁਸੀਂ ਦੇਖੋਗੇ ਇਹਨਾਂ ਲਾਈਟਾਂ ਦੇ ਉੱਤੇ ਕਿੰਨੇ ਮੱਛਰ ਕਿਤਨੇ ਭੰਬੱਕੜ ਆ ਜਾਣ ਉਹਦੇ ਹੁਕਮ ਆ ਜਾਣ ਰੋਜ਼ ਤੁਸੀਂ ਪੜ੍ਹਦੇ ਹੋ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤੁਰ ਦੇਹੇ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮ੍ਰਿਤ ਦੇਹ ਧਰ ਤੋ ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਕਰ ਲਓ ਹੁਕਮੀ ਹੋਮਨ ਜੀ ਹੁਕਮ ਮਿਲੈ ਵਡਿਆਈ ਉਹਦੇ ਹੁਕਮ ਵਿੱਚ ਹੀ ਵਡਿਆਈ ਮਿਲਦੀ ਹੈ ਆਦਰ ਮਿਲਦਾ ਹੈ ਫਿਰ ਹੁਕਮੀ ਉੱਤਮ ਨੀਚ ਉਹਦੇ ਹੁਕਮ ਵਿੱਚ ਹੀ ਕੁਝ ਉੱਤਮ ਹੋ ਜਾਂਦੇ ਨੇ ਕੁਝ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਉਹਦੇ ਹੁਕਮ ਵਿੱਚ ਹੀ ਲਿਖੇ ਅਨੁਸਾਰ ਦੁੱਖ ਅਤੇ ਸੁੱਖ ਪਾਈਏ ਪ੍ਰਾਪਤ ਹੁੰਦੇ ਹੁਣ ਜੇ ਤੁਸੀਂ ਨੋਟ ਕਰਨਾ ਚਾਹੋ ਤਾਂ ਹੁਕਮ ਮੰਮੇ ਨੂੰ ਔਂਕੜ ਨਾਲ ਵੀ ਹੈ ਹੁਕਮ ਮੰਮੇ ਨੂੰ ਸਿਆਰੀ ਨਾਲ ਵੀ ਹੈ ਹੁਕਮ ਮੰਮਾ ਮੁਕਤਾ ਵੀ ਹੈ ਨਾਲ ਕੋਈ ਸੰਬੰਧ ਕੀ ਵੀ ਹੈ ਹੈ ਹੁਕਮ ਹੀ ਪਰ ਉਹਦੀਆਂ ਲਗਾਂ ਮਾਤਰਾਂ ਦੇ ਨਾਲ ਉਹਦੇ ਅਰਥ ਬਦਲਦੇ ਚਲੇ ਜਾਣ ਹੁਕਮੀ ਹੋਮਨ ਆਕਾਰ ਹੁਕਮ ਨ ਕਿਹਾ ਹੁਕਮੀ ਹੋਮਣ ਜੀ ਹੁਕਮ ਮਿਲੈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਨਾ ਕੁਝ ਐਸੇ ਨੇ ਜਿਨ੍ਹਾਂ 'ਤੇ ਉਹਦੇ ਹੁਕਮ ਵਿੱਚ ਬਖਸ਼ਿਸ਼ ਹੋ ਜਾਣਾ ਇੱਕ ਹੁਕਮੀ ਸਦਾ ਭਵਾਈ ਭਟਕਾਏ ਜਾਂਦੇ ਵਿਚਾਰੇ ਸਵੇਰ ਤੋਂ ਸ਼ਾਮ ਦੀ ਕਾਰ ਕਰਦੇ ਨੇ ਢਿੱਡ ਭਰ ਕੇ ਰੋਟੀ ਨਹੀਂ ਖਾਣ ਦਿੰਦੇ ਕਈਆਂ ਦੇ ਪੈਰ ਵਿੱਚ ਚੱਕਰ ਹੁੰਦਾ ਉਹ ਤੁਰ ਹੀ ਫਿਰ ਮਹਾਰਾਜ ਕਹਿੰਦੇ ਹੁਕਮ ਹੈ ਅੰਦਰ ਸਭ ਕੁਝ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਹੁਣ ਕਈ ਹੁਜਤਬਾਜ ਵੀ ਆਉਂਦੇ ਉਹ ਜੀ ਇਹ ਜੋ ਕੁਝ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ ਨਹੀਂ ਨਹੀਂ ਆਪਣਾ ਪ੍ਰਕਰਨ ਨਾ ਛੱਡੋ ਆਪਣਾ ਜੋ ਸਬਜੈਕਟ ਹੈ ਉਹਦੇ ਤੋਂ ਸੱਜੇ ਖੱਬੇ ਜਾਓਗੇ ਉੜ ਜਾਓਗੇ ਮਹਾਰਾਜ ਕੀ ਸਮਝਾਉਣਾ ਚਾਹੁੰਦੇ ਨੇ ਹੁਕਮੈ ਅੰਦਰ ਸਭ ਇਹ ਸਾਰਾ ਸੰਸਾਰ ਉਹਦੇ ਹੁਕਮ ਵਿੱਚ ਚੱਲ ਰਿਹਾ ਬਾਹਰ ਹੁਕਮ ਨਾ ਉਹਦੇ ਹੁਕਮ ਤੋਂ ਬਾਹਰ ਕੋਈ ਨਹੀਂ ਨਾਨਕ ਹੁਕਮੈ ਜੇ ਬੁੱਝੈ ਨਾਨਕ ਜੀ ਫਰਮਾਉਂਦੇ ਨੇ ਜੇ ਕੋਈ ਹੁਕਮ ਨੂੰ ਬੁੱਝ ਲਵੇ ਇੱਕ ਹੁੰਦਾ ਹੁਕਮ ਬਾਰੇ ਕਹਿਣਾ ਸੁਣਨਾ ਇੱਕ ਹੁੰਦਾ ਹੁਕਮ ਨੂੰ ਬੁੱਝਣਾ ਜਿਹੜਾ ਹੁਕਮ ਨੂੰ ਬੁੱਝ ਲਏਗਾ ਕੀ ਹੋਵੇਗਾ ਤਾਂ ਹੋਮੈ ਕਹਿਣਾ ਉਹ ਫਿਰ ਹੰਕਾਰ ਦੀ ਗੱਲ ਨਹੀਂ ਕਰੇ ਉਹਦੇ ਅੰਦਰੋਂ ਹੰਕਾਰ ਮੁੱਕ ਜਾਏਗਾ ਇਹ ਦੂਜੀ ਪੌੜੀ ਹੁਣ ਤੀਜੀ ਪੌੜੀ ਪੜ੍ਹੀਏ ਪਾਤਸ਼ਾਹ ਕਹਿੰਦੇ ਨੇ ਗਾਵੈ ਕੋ ਤਾਣ ਹੋਵੇ ਕੇ ਸ਼ੈਤਾਨ ਗਾਵੈ ਕੋ ਦਾਤ ਜਾਣੇ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ
गावे को साध करे तन खे गावे को जी ले फिर दे गावे को जपे दिसे दूर गावे को विखे हादरा हदूर कथना कथी ना आवे तोट कथ कथ कथी कोटी कोट कोट दिंदा दे लेंदे थक पाही जुगा जुगंतर खाही खाही हुक्मी हुक्म चलाए रा नानक विदसे वे परवा हूँ जिदे अंदरों होमे मुक जाती है वो फिर परमात्मा की सिफत सदा हंकारी बंदा कदे किसी दूजे की सिफत नहीं कर जिदे अंदरों हंकार मुक जाएगा वो किसी गुणवान की सिफत करे महाराज कहते गावे को तान तान का मतलब है बल जोर परमात्मा दे बल नूं गाउंदा है पर कौन गाउंदा है होवे किसे जो उहदे च तान होवे ते तान आवेगा तां जे होमे छड्डेगा हंकारी बंदे दे सामने तुसीं किसे दी सिफत करो उहदा नहीं नहीं जीरो है कख मेरे वर्गा कोई है ही नहीं वो गा सकता है वो सिफत कर सकता है जिहदे अंदर ये बल आवे इसलिए पहली पंक्ति ते पढ़नी गावे को तान होवे किसे लो अगलियां जो पंक्तियां ने क्योंकि मैं हमेशा बेनती करता भी गुटके साहब जड़े ने वो एक छाप जो होने चाहिए अच साड़ी ये भी बदकिस्मती है कि वक वक दुकाना वालों ने वक वक तरह छाप दी वो फिर पढ़ने वाले जो विद्यार्थी ने कहते आह वेखो जी इतने त्यों लिखे इतने त्यों लिखे ये बड़ी प्रॉब्लम है हालांकि साड़ी सुप्रीम बॉडी है श्रोमणी कमेटी पर मैं बड़ा खेद हो मैं कलकत्ते जगजीत साहब पढ़ा के आया उन्होंने अप्रोच करके श्रोमणी कमेटी को 500 गुटका साहब मंगा लिया उन्होंने एक भी श्रोमणी कमेटी का छपिया नहीं सारे बाजारों लेके भेज दिए कोई भाई चतर सिंह जीवन सिंह का कोई किसी का कोई किसी का उन्होंने एक छपाई नहीं है इस करके भी संगतां विच दुविधा पैदा हुण जिन्नियां अगे पंक्तियां ने उहदा विश्राम देणा गावै को कोई गाउंदा है दात जाणे निशान परमात्मा दीआं दित्तीआं होईआं दातां नूं निशान रूप जाण के गाउंदा है देखो ना गुरुद्वारा साहब ते किसी निशान साहब लाया ये क्यों लाया इस लई कि पता लगे ये गुरुद्वारा साहब ਇਸੇ ਤਰ੍ਹਾਂ ਕਈ ਜਿਹੜੇ ਪ੍ਰੇਮੀ ਨੇ ਉਹਨਾਂ ਨੂੰ ਪੁੱਛੀਏ ਤੁਹਾਡੇ ਬੱਚੇ ਕਿੰਨੇ ਨੇ ਜੀ ਸਭ ਪਰਮਾਤਮਾ ਦੇ ਭਾਵ ਉਹਦੀ ਦਾਤ ਨੂੰ ਨਿਸ਼ਾਨ ਰੂਪ ਜਾਣ ਕੇ ਗਾਉਂਦੇ ਇਹ ਕੋਠੀ ਕਿਹਦੀ ਹੈ ਇਹਦੀ ਉਹਦੀ ਦਾਤ ਹੈ ਪਰ ਕੌਣ ਗਾਉਂਦਾ ਜਿਸ ਦੀ ਹੋਮੇ ਮੁੱਕ ਜਾਏ ਨਹੀਂ ਤਾਂ ਕਹਿੰਦੇ ਨਹੀਂ ਮੇਰੀ ਕੋਠੀ ਹੈ ਮੈਂ ਮਾਲਕ ਹਾਂ ਨਹੀਂ ਮਾਲਕ ਕਹਿੰਦੇ ਗਾਵੇ ਕੋ ਦਾਤ ਜਾਣੇ ਗਾਵੇ ਕੋ ਗੁਣ ਵਡਿਆਈਆਂ ਕੋਈ ਗਾਉਂਦਾ ਹੈ ਉਸ ਪਰਮਾਤਮਾ ਦੇ ਗੁਣਾਂ ਨੂੰ ਉਹਦੀਆਂ ਸੁੰਦਰ ਚਾਰ ਦਾ ਮਤਲਬ ਸੁੰਦਰ ਵਡਿਆਈਆਂ ਗਾਵੇ ਕੋ ਵਿਦਿਆ ਵਿਖਮ ਵੀ ਚਾਰ ਵਿਖਮ ਦਾ ਮਤਲਬ ਹੈ ਔਖੀ ਵਿਦਿਆ ਜਿਵੇਂ ਸੰਸਕ੍ਰਿਤ ਹੈ ਅਰਬੀ ਹੈ ਫਾਰਸੀ ਜਿਹੜੀਆਂ ਭਾਸ਼ਾ ਸੀ ਨਹੀਂ ਜਾਂ ਉਹ ਪੜ੍ਹ ਪੜ੍ਹ ਕੇ ਵੀ ਉਹਦੇ ਗੁਣ ਗਾਉਂਦਾ ਗਾਵੇ ਕੋ ਸਾਜ ਕਰੇ ਤਨ ਖੇ ਕੋਈ ਇਹ ਗਾਉਂਦਾ ਕਿ ਪਰਮਾਤਮਾ ਬਣਾਉਂਦਾ ਵੀ ਹੈ ਅਤੇ ਢਾਹ ਵੀ ਦਿੰਦਾ ਗਾਵੇ ਕੋ ਜੀ ਲੈ ਫਿਰ ਦੇ ਜਿੰਦ ਲੈ ਵੀ ਲੈਂਦਾ ਦੇ ਵੀ ਦਿੰਦਾ ਗਾਵੇ ਕੋ ਜਾਪੈ ਦੀ ਸਹਿਦੂ ਕੋਈ ਇਹ ਗਾ ਰਿਹਾ ਹੈ ਕਿ ਪਰਮਾਤਮਾ ਬਿਲਕੁਲ ਸਾਹਮਣੇ ਹੈ ਕੋਈ ਕਹਿੰਦਾ ਨਹੀਂ ਦੂਰ ਹੈ ਅਤੇ ਕੋਈ ਐਸੇ ਵੀ ਪਾਤਸ਼ਾਲੀ ਨੇ ਗਾਵੇ ਕੋ ਵੇਖੇ ਹਾਜ਼ਰਾ ਬਿਲਕੁਲ ਹਾਜ਼ਰ ਨਾ ਜਾ
गल की कथना कथी ना आवे तो भाई कथन करन दे नाल, बयान करन दे नाल परमात्मा दी हस्ती में कोई कमी नहीं होगी। कथ कथ कथी कोटी कोट हूँ गुरबाणी में कोट अखर भी तीन रूपां च आउंदा, नोट करो। एक कोट है टैके नूं सियारी वाला, इहदा अर्थ है करोड़। एक कोट आएगा टैके नूं औंकड़ वाला, उहदा अर्थ है किला। लंका सा कोट समुद्र सी खाई, उत्थे कोट दे टैके नूं औंकड़ है। एक कोट टैंका औंकड़ नहीं भी होगा मुक्ता, वह भी कोट है पर वह पलूरल है, बहुवचन। बहुते किले जिन गढ़ कोट की ये कंचन के छोड़ गया सो रावण। तो महाराज कहते ने कथना कथी ना आवे तोट, कथ कथ कथी कोटी कोट, करोड़ा ही कथ कथ के थक गए, ओदी हस्ती में कोई कमी नहीं होती। पातशाह कहते देंदा दे लेंदे। हम कई प्रेमी कहें जी बिंदी लगी नहीं, तुसी क्यों लाई? फिर जदों तुसी आप गल करते हो भी देंदा दे दे लेंदा दे लै, यही कहते हो कि देदा दे कहते? इन शुद्ध उचारण करने वास्ते बिंदी लाने की गल नहीं, बिंदी उचारण की गल। देंदा दे लेंदे, वो देने वाला परमात्मा दे रहा है, असी लैन वाले थक जाते हैं, मुक जाते। युगा जुगंतर खाही ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਕਈ ਜੁਗਾਂ ਤੀਕ ਅਸੀਂ ਖਾਈ ਲਓ। ਹੁਣ ਮੋੜਾ ਦਿੰਦੇ ਪਾਤਸ਼ਾਹ ਨੇ ਹੁਕਮੀ ਹੁਕਮ ਚਲਾਏ ਰਾਹ। ਹੁਣ ਇੱਥੇ ਵੀ ਇੱਕ ਪ੍ਰੋਬਲਮ ਹੈ ਕਿ ਆਮ ਪ੍ਰੇਮੀ ਪੜ੍ਹਦੇ ਰਾਹੋ। ਦੇਖੋ ਜਿਨ੍ਹਾਂ ਨੇ ਮੁਹਾਰਨੀ ਪੜ੍ਹੀ ਹੈ ਉਹਨਾਂ ਨੂੰ ਪਤਾ ਹੈ ਵੀ ਔਂਕੁੜ ਜਿਹੜਾ ਹੈ ਉਹ ਲਘੂ ਮਾਤਰਾ ਹੈ, ਅਸੀਂ ਉਹਨੂੰ ਹੋੜਾ ਬਣਾ ਦਿੰਦੇ ਹਾਂ। ਇਸ ਲਈ ਪ੍ਰੋਬਲਮ ਹੈ, ਇਹ ਹੈ ਔਂਕੜ ਨਾਉਨ ਪੁਲਿੰਗ ਵਾਸਤੇ। ਮੈਂ ਸੌਖਾ ਜਿਹਾ ਕਰਕੇ ਸਮਝਾ ਰਿਹਾ। ਤੁਸੀਂ ਕਿਸੇ ਨੂੰ ਪੁੱਛਦੇ ਹੋ ਜੀ ਗੁਰਦੁਆਰੇ ਨੂੰ ਕਿਹੜਾ ਰਾਹ ਜਾਂਦਾ ਕਿ ਰਾਹ ਹੋ ਜਾਂਦਾ, ਪੁੱਛਦੇ ਰਾਹ ਹੀ ਪੁੱਛੋਗੇ। ਅਗਲਾ ਦੱਸੇਗਾ ਜੀ ਆਹ ਰਾਹ ਜਾਂਦਾ ਕਿ ਰਾਹ ਹੋ ਜਾਂਦਾ। ਇਸੇ ਤਰ੍ਹਾਂ ਇੱਥੇ ਹੈ ਹੁਕਮੀ ਹੁਕਮ ਚਲਾਏ ਰਾਹ। ਇਹ ਜਿਹੜਾ ਸੰਸਾਰ ਦਾ ਰਸਤਾ ਹੈ ਨਾ, ਪੈਦਾ ਕਰਨ ਦਾ ਪਾਲਣ ਦਾ ਮਾਰਨ, ਇਹ ਉਹਦੇ ਹੁਕਮ ਵਿੱਚ ਚੱਲ ਰਿਹਾ। ਅਤੇ ਨਾਨਕ ਵਿਗਸੈ ਵੇ, ਨਾਨਕ ਜੀ ਫਰਮਾਉਂਦੇ ਨੇ ਉਹ ਵੇ ਪਰਵਾਹ, ਜਿਹਨੂੰ ਕਿਸੇ ਦੀ ਪਰਵਾਹ ਨਹੀਂ, ਉਹ ਆਪੇ ਹੀ ਪੈਦਾ ਕਰਦਾ ਪਾਲਦਾ ਫਿਰ ਮਾਰਦਾ ਅਤੇ ਖੁਸ਼ ਹੋ ਰਿਹਾ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਓ ਅਪਾਰ, ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾ, ਫੇਰ ਕੇ ਅੱਗੇ ਰੱਖੀਏ, ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ, ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ, ਨਗਰੀ ਮੋਖ ਦੁਆਰ, ਨਾਨਕ ਇਵੇ ਜਾਣੀਏ, ਸਭ ਆਪੇ ਸਚਿਆਰ। ਦੇਖੋ ਇੱਕ ਤਾਂ ਜਦੋਂ ਪ੍ਰੇਮ ਨਾਲ ਬਾਣੀ ਪੜ੍ਹੀਏ ਨਾ, ਅੱਧੀ ਸਮਝ ਤਾਂ ਉਹਦੀ ਆ ਜਾਂਦੀ, ਅਤੇ ਜਦੋਂ ਸਮਝਣ ਦੀ ਭੁੱਖ ਨਾਲ ਪੜ੍ਹੀਏ ਫਿਰ ਹੋਰ ਸਮਝ ਆ ਜਾਂਦੀ। ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਸੱਚਾ ਹੈ, ਸਾਚਾ ਸਾਹਿਬ ਸਾਚ ਨਾਏ, ਉਹਦਾ ਨਿਆਂ ਇਨਸਾਫ ਵੀ ਸੱਚਾ ਹੈ। ਕਈ ਪ੍ਰੇਮੀ ਇਹਦਾ ਅਰਥ ਨਾਮ ਵੀ ਕਰਦੇ, ਉਹਦਾ ਨਾਮ ਵੀ ਸੱਚਾ ਹੈ, ਕੋਈ ਫਰਕ ਨਹੀਂ ਪੈਂਦਾ। ਸਾਚਾ ਸਾਹਿਬ ਸਾਚ, ਭਾਖਿਆ ਭਾਓ ਅਪਾਰ, ਉਸ ਅਪਾਰ ਪਰਮਾਤਮਾ ਦੀ ਜਿਹੜੀ ਬੋਲੀ ਹੈ ਉਹ ਪ੍ਰੇਮ ਹੈ।
ਇਸੇ ਲਈ ਸਾਨੂੰ ਬਾਰ ਬਾਰ ਕਿਹਾ ਜਾਂਦਾ ਕਿ ਪ੍ਰੇਮ ਨਾਲ ਬੋਲੋ, ਪ੍ਰੇਮ ਨਾਲ ਬੋਲੋਗੇ ਤੁਹਾਡਾ ਆਦਰ ਹੋਵੇਗਾ, ਉਹ ਇਹ ਕਰਕੇ ਬੋਲੋਗੇ ਉਹੋ ਜਿਹਾ ਜਵਾਬ ਮਿਲ। ਸਾਡੇ ਬਜ਼ੁਰਗ ਤਾਂ ਕਹਿੰਦੇ ਸੀ ਵੀ ਇਹ ਖੂਹ ਦੀ ਆਵਾਜ਼ ਹੈ, ਜਿਹੋ ਜਿਹੀ ਖੂਹ ਵਿੱਚ ਆਵਾਜ਼ ਮਾਰੋਗੇ ਉਹੋ ਜਿਹੀ ਅੱਗੋਂ ਆਏ। ਤਾਂ ਪਰਮਾਤਮਾ ਦੀ ਬੋਲੀ ਹੈ ਪ੍ਰੇਮ, ਇਸ ਲਈ ਸਾਨੂੰ ਪ੍ਰੇਮ ਨਾ ਬੋਲੇ। ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਓ। ਫਿਰ ਮਰਗ ਨੇ ਆਖੇ, ਅਸੀਂ ਸਾਰੇ ਜੀਵ ਆਖਦੇ ਹਾਂ, ਮੰਗੇ ਮੰਗਦੇ ਹਾਂ, ਅਰਦਾਸਾਂ ਕਰਦੇ ਹਾਂ ਨਾ ਆ ਕੇ, ਮਹਾਰਾਜ ਆ ਦਿਓ, ਆਖੇ ਮੰਗੇ ਦੇ, ਦੇਣਾ ਕਰ ਦੇਣਾ ਕਰ। ਇਹ ਜਿਹੜੀ ਹਾਏ ਨੂੰ ਸਿਆਰੀ, ਇਹਦਾ ਮਤਲਬ ਦੇਣਾ ਕਰ ਦੇਣਾ। ਦਾਤ ਕਰੇ ਉਹ ਦੇਣ ਵਾਲਾ ਪਰਮਾਤਮਾ, ਜਿਹੜਾ ਹਰ ਇੱਕ ਨੂੰ ਦਿੰਦਾ, ਹਰ ਜਗ੍ਹਾ ਦਿੰਦਾ, ਹਰ ਸਮੇਂ ਉਹ ਸਾਨੂੰ ਦਾਤਾਂ ਦੇ। ਹੁਣ ਮਹਾਰਾਜ ਕਹਿੰਦੇ ਜੇ ਦੇਣ ਵਾਲਾ ਵੀ ਉਹੀ ਇਸ 'ਤੇ ਮੰਗਣ ਵਾਲੇ ਹਾਂ, ਫੇਰ ਕੇ ਅੱਗੇ ਰੱਖੀਏ, ਫਿਰ ਅਸੀਂ ਉਹਦੇ ਅੱਗੇ ਭੇਟਾ ਕੀ ਰੱਖੀਏ। ਜਿੱਤ ਦਿਸੇ ਜਿਹਦੇ ਨਾਲ ਉਹਦੇ ਦਰਬਾਰ ਦੇ ਦਰਸ਼ਨ ਹੋ ਜਾਣ। ਮੋਹ ਕੇ ਬੋਲਣ ਬੋਲੀ ਹੈ, ਇਹ ਹਾਏ ਨੂੰ ਕਨੌੜਾ ਹੈ ਨਾ ਉਚਾਰਨ ਕਰਨਾ। ਮੋਹ ਬੋਲੋ, ਮੂੰਹ ਤੋਂ ਕਿਹੋ ਜਿਹੇ ਬੋਲ ਬੋਲੀ। ਜਿੱਤ ਸੁਣ ਧਰੇ, ਜਿਹੜੇ ਬੋਲ ਸੁਣ ਕੇ ਸਾਡੇ ਨਾਲ ਪਿਆਰ ਕਰ। ਹੁਣ ਮਹਾਰਾਜ ਦੱਸਣ ਲੱਗੇ, ਭਾਈ ਜੇ ਤੁਸੀਂ ਰੱਬ ਨਾਲ ਗੱਲਾਂ ਕਰਨੀਆਂ ਨੇ ਤਾਂ ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ ਅੰਮ੍ਰਿਤ ਵੇਲੇ ਉੱਠਿਆ ਕਰੋ, ਸੱਚੇ ਨਾਮ ਦੀ ਅਤੇ ਉਹਦੇ ਵਡਿਆਈਆਂ ਦੀ ਵਿਚਾਰ ਕਰਿਆ। ਫਿਰ ਕੀ ਹੋਵੇਗਾ? ਕਰਮੀ ਆਵੇ ਕੱਪੜਾ, ਇਹ ਕੱਪੜਾ ਕਿਹੜਾ ਹੈ? ਕਈ ਲੋਕਾਂ ਨੇ ਜੀ ਇਹ ਸਰੀਰ ਰੂਪੀ ਕੱਪੜਾ, ਨਹੀਂ ਇਹ ਪ੍ਰੇਮ ਰੂਪੀ ਕੱਪੜਾ। ਜਦੋਂ ਆਪਾਂ ਇਹ ਕੰਮ ਕਰਾਂਗੇ, ਅੰਮ੍ਰਿਤ ਵੇਲੇ ਉੱਠਾਂਗੇ, ਪਾਠ ਕਰਾਂਗੇ, ਪ੍ਰੇਮ ਨਾ ਕਰਾਂ, ਫਿਰ ਉਹਦੀ ਬਖਸ਼ਿਸ਼ ਹੋ ਜਾਏ, ਫਿਰ ਪ੍ਰੇਮ ਰੂਪੀ ਕੱਪੜਾ ਮਿਲੇ। ਪ੍ਰੇਮ ਪਟੋਲਾ ਤੈਂ ਛੋ ਦਿੱਤਾ, ਟੱਕਣ ਕੂ ਪੱਤ ਕਰਮੀ ਆਵੇ ਨਦਰੀ ਮੋਖ, ਫਿਰ ਉਹਦੀ ਮਿਹਰ ਦੀ ਨਜ਼ਰ ਨਾਲ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ। ਮੁਕਤੀ ਦਾ ਦਰਵਾਜ਼ਾ ਕੀ ਹੈ? ਲੋਕਾਂ ਦੇ ਮਰਨ ਤੋਂ ਬਾਅਦ ਮੁਕਤੀ? ਨਹੀਂ, ਜਿਉਂਦਿਆਂ ਹੀ ਮੁਕਤ ਹੋ ਜਾਏ, ਭੈੜੇ ਵਿਚਾਰ ਖਤਮ ਹੋ ਜਾਣਗੇ, ਭੈੜੇ ਕੰਮ ਛੁੱਟ ਜਾਣਗੇ, ਮੁਕਤ ਹੋ ਗਏ। ਨਦਰੀ ਮੋਖ ਨਾਨਕ ਇਹ ਵਹਿ ਜਾਣੀ ਹੈ। ਨਾਨਕ ਜੀ ਫਰਮਾਉਂਦੇ ਨੇ ਇਹ ਹੈ ਤਰੀਕਾ, ਇਹ ਹੈ ਉਸ ਨੂੰ ਜਾਣਨ ਦਾ ਤਰੀਕਾ। ਫਿਰ ਸਮਝ ਆ ਜਾਏਗੀ, ਸਭ ਆਪੇ ਉਹ ਆਪ ਹੀ ਸਭ ਥਾਂ 'ਤੇ। ਇੱਕ ਪੌੜੀ ਹੋਰ ਕਰਾਂਗੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਹਾ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾਂ ਨਾਈ, ਕਹਿਣਾ ਕਥਨ ਨਾ ਜਾਈ। ਗੁਰਾ ਇਹਨੂੰ ਬਿੰਦੀ ਨਹੀਂ ਲਾਣੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਪਾਤਸ਼ਾਹ ਫਰਮਾਉਂਦੇ ਨੇ ਉਹ ਜਿਹੜਾ ਪਰਮਾਤਮਾ ਜਿਹਦੀਆਂ ਗੱਲਾਂ ਆਪਾਂ ਕਰ ਰਹੇ ਹਾਂ, ਸੁਣ ਰਹੇ ਹਾਂ, ਥਾਪਿਆ ਨਾ ਜਾਏ, ਉਹ ਕਿਸੇ ਵੱਲੋਂ ਥਾਪਿਆ ਹੋਇਆ ਨਹੀਂ ਜਾਂ ਕਿਸੇ ਦੁਆਰਾ ਥਾਪਿਆ ਨਹੀਂ ਜਾਂਦਾ।
ਤੁਸੀਂ ਆਮ ਸੁਣਦੇ ਹੋ ਆਦਿ ਜੀ ਫਲਾਣੇ ਦੇਵਤੇ ਕੀ ਮੂਰਤੀ ਫਲਾਣੇ ਮੰਦਿਰ ਮੇ ਅਸਥਾਪਨ ਕੀ ਜਾਏਗੀ। ਅਕਾਲ ਪੁਰਖ ਦੀ ਕੋਈ ਮੂਰਤੀ ਨਹੀਂ ਬਣਾ ਸਕਦਾ ਅਤੇ ਕੋਈ ਥਾਪੜ ਵੀ ਨਹੀਂ ਕਰਦਾ। ਥਾਪਿਆ ਨਾ ਕੀਤਾ ਨਾ ਉਹ ਕਿਸੇ ਦੇ ਬਣਾਇਆ ਵੀ ਨਹੀਂ ਬਣਦਾ। ਆਪੇ ਆਪ ਨਿਰੰਜਨ ਪਰਮਾਤਮਾ ਦਾ ਇੱਕ ਨਾਮ ਹੈ ਜਿਹਦਾ ਅਰਥ ਹੈ ਨਿਰਅੰਜਨ। ਅੰਜਨ ਕਹਿੰਦੇ ਸੁਰਮੇ ਨੂੰ, ਸੁਰਮਾ ਕਹਿੰਦੇ ਕਾਲਖ ਨੂੰ, ਕਾਲਖ ਕਹਿੰਦੇ ਮਾਇਆ ਨੂੰ। ਜਿਹੜਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਆਪੇ ਆਪ ਜਿਨ ਸੇਵਿਆ ਤਿਨ ਪਾਇਆ, ਜਿਨ੍ਹਾਂ ਨੇ ਉਹਨੂੰ ਸੇਵਿਆ ਸਿਮਰਿਆ ਸਿਮਰਨ ਕੀਤਾ। ਕਿਹਦੀ ਕਿਹਦੀ ਮਿਸਾਲ ਦੇਈਏ, ਕਿੰਨੇ ਭਗਤ ਨੇ, ਕਿੰਨੇ ਮਹਾਂਪੁਰਖ ਨੇ ਜਿਨ੍ਹਾਂ ਨੇ ਉਹਦਾ ਸਿਮਰਨ ਕੀਤਾ, ਤਿਨ ਪਾਇਆ ਉਹਨਾਂ ਨੂੰ ਇੱਜ਼ਤ ਮਿਲੀ। ਤਾਂ ਤਾਂ ਪਾਤਸ਼ਾਹ ਨੇ ਨਾਨਕ ਗਾਵੀ ਹੈ ਗੁਣੀ ਨਿਧਾਨ। ਭਾਈ ਉਸ ਗੁਣਾਂ ਦੇ ਖਜ਼ਾਨੇ ਨੂੰ ਗਾਉਣਾ ਕਰੋ, ਅਤੇ ਗਾਉਣ ਦਾ ਤਰੀਕਾ ਵੀ ਬੜਾ ਸੌਖਾ ਦੱਸਿਆ। ਬਈ ਜੇ ਤੁਸੀਂ ਆਪਣੀ ਕੋਠੀ ਦਾ ਦਰਵਾਜ਼ਾ ਖੋਲ੍ਹਿਆ, ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਪਾਣੀ ਦਾ ਗਲਾਸ ਪੀਣ ਲਈ ਆਇਆ ਪੀਓ, ਪਰ ਆਖੋ ਵਾਹਿਗੁਰੂ ਤੇਰਾ। ਜੇ ਭੋਜਨ ਦਾ ਥਾਲ ਆਇਆ ਖਾਓ, ਪਰ ਖਾਣ ਤੋਂ ਪਹਿਲਾਂ ਆਖੋ ਵਾਹਿਗੁਰੂ ਤੇਰਾ। ਆ ਨਾਨਕ ਗਾਵੀਐ, ਫਿਰ ਗਾਵੀਐ ਸੁਣੀਏ ਮਨ ਰੱਖੀਐ, ਗਾਉਣਾ ਵੀ ਕਰੀਏ ਸੁਣਨਾ ਵੀ ਕਰੀਏ ਅਤੇ ਮਨ ਵਿੱਚ ਪ੍ਰੇਮ ਵੀ ਕਰੀਏ, ਫਿਰ ਕੀ ਹੋਵੇਗਾ। ਦੁੱਖ ਪਰ ਹਰ ਸੁੱਖ ਘਰ ਰਹਿ ਗਏ, ਦੁੱਖ ਦੂਰ ਹੋ ਜਾਣਗੇ ਸੁੱਖ ਅੰਦਰ ਆ ਜਾਣ। ਇਹ ਗਿਆਨ ਕਿੱਥੋਂ ਮਿਲਿਆ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਗਿਆਨ ਗੁਰੂ ਕੋਲੋਂ ਮਿਲਿਆ, ਗੁਰਮੁਖ ਨਾਦਨ। ਗੁਰੂ ਨੇ ਸਮਝਾਇਆ ਕਿ ਪਰਮਾਤਮਾ ਹੀ ਸਭ ਦੇ ਅੰਦਰ ਬੋਲ ਰਿਹਾ। ਆ ਜਿਹੜੀ ਨਾਦ ਹੈ ਨਾ, ਧੁਨ ਆਵਾਜ਼, ਇਹ ਕੌਣ ਪੈਦਾ ਕਰ ਰਿਹਾ? ਇਹ ਉਹਦੀ ਕਿਰਪਾ ਨਾਲ। ਵੇਦਨ ਦਾ ਮਤਲਬ ਜਾਣਨਾ, ਵੇਦਾਂ ਦੀ ਗੱਲ ਨਹੀਂ, ਵੇਦ ਮਤਲਬ ਜਾਣਨਾ। ਗੁਰੂ ਨੇ ਮੈਨੂੰ ਦੱਸਿਆ ਹੈ ਕਿ ਪਰਮਾਤਮਾ ਹੀ ਸਭ ਦੇ ਅੰਦਰ ਬੋਲ ਰਿਹਾ, ਪਰਮਾਤਮਾ ਹੀ ਸਭ ਦੇ ਅੰਦਰ ਵਰਤ ਰਿਹਾ। ਇਹ ਮੈਨੂੰ ਗੁਰੂ ਨੇ ਦੱਸਿਆ, ਅਤੇ ਗੁਰਮੁਖ ਰਿਹਾ। ਗੁਰੂ ਨੇ ਦੱਸਿਆ ਕਿ ਉਹ ਪਰਮਾਤਮਾ ਸਾਰਿਆਂ ਦੇ ਅੰਦਰ ਵਿਆਪਕ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੇਰੇ ਲਈ ਗੁਰੂ ਹੀ ਸ਼ਿਵ ਹੈ, ਗੁਰੂ ਹੀ ਗੋਰਖ ਅਤੇ ਬ੍ਰਹਮਾ ਹੈ, ਅਤੇ ਗੁਰੂ ਹੀ ਪਾਰਵਤੀ ਮਾਈ। ਮੈਂ ਹੋਰ ਕਿਸੇ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਨਹੀਂ ਜਾਣਦਾ, ਮੇਰੇ ਲਈ ਗੁਰੂ ਹੀ ਸਭ ਕੁਝ। ਪਰ ਪਾਤਸ਼ਾਹ ਕਹਿੰਦੇ ਜੇ ਹੋਂ ਜਾਣਾ, ਜੇ ਮੈਂ ਇਹ ਗੱਲ ਜਾਣ ਵੀ ਲਵਾਂ ਆਖਾਂ ਨਾ ਹੀ ਕਹਾਂਗਾ। ਤੁਸੀਂ ਆਖੋ ਕਹਿਣ ਕੀ ਹਰਜ? ਕਹਿੰਦੇ ਕਹਿਣਾ ਕਥਨ ਨਾ ਜਾਈ, ਮੇਰੇ ਕੋਲ ਕਿਹਾ ਹੀ ਨਹੀਂ ਜਾ ਸਕਦਾ। ਉਹ ਇਤਨਾ ਵੱਡਾ ਹੈ, ਇਤਨਾ ਮਹਾਨ ਹੈ ਕਿ ਮੈਂ ਕਹਿ ਹੀ ਨਹੀਂ ਸਕਦਾ। ਹਾਂ ਮੈਂ ਇਹ ਅਰਦਾਸ ਕਰਦਾ, ਬੁਰਾ ਬੋਲੋ, ਤੁਸੀਂ ਬਿੰਦੀ ਲਾਉਂਦੇ ਹੋ ਨਹੀਂ ਲਾਉਣੀ। ਬੁਰਾ ਇੱਕ ਦੇਹ ਬੁਝਾਈ, ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਇੱਕ ਸਮਝ ਦੇ ਦਿਓ। ਕਿਹੜੀ ਸਮਝ? ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ। ਉਹ ਅਕਾਲ ਪੁਰਖ ਜਿਹੜਾ ਸਭ ਜੀਆਂ ਨੂੰ ਦੇਣ ਵਾਲਾ, ਉਹ ਮੈਨੂੰ ਭੁੱਲ ਨਾ ਜਾਏ। ਲਓ ਪੰਜ ਪੌੜੀਆਂ ਪੂਰੀਆਂ ਹੋ ਗਈਆਂ ਨੇ, ਇੱਕ ਵਾਰੀ ਸਾਰੇ ਗੂੰਜ ਪਾ ਕੇ, ਸਮਾਂ ਵੀ ਹੋ ਗਿਆ। ਅਤੇ ਇਹ ਮੇਰਾ ਤਰੀਕਾ ਹੈ ਕਿ ਪਹਿਲਾਂ ਤੁਹਾਨੂੰ ਪੜ੍ਹਾਇਆ, ਫਿਰ ਇੱਕ ਅੱਖਰ ਸਮਝਾਇਆ, ਹੁਣ ਇਹਦੀ ਰਿਵੀਜ਼ਨ ਵੀ ਕਰ। ਜਪ ਜੀ ਸਾਹਿਬ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ। ਆਜੂਨੀ ਨਹੀਂ ਕਹਿਣਾ, ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇਈ, ਜੇ ਸੋਚੀ ਲਖ ਵਾਰ।
ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਹਾੜ ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵਸ ਪਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਿਹਾ ਜਾਈ ਇਹਨੂੰ ਕਿਹਾ ਨਹੀਂ ਕਹਿਣਾ ਕਹਿਹਾ ਕਿਉਂਕਿ ਕਿਹਾ ਤਾਂ ਹੈ ਜੇ ਕੱਕੇ ਨੂੰ ਸਿਆਰੀ ਹੋਵੇ ਇਹਦਾ ਕੱਕਾ ਮੁਕਤਾ ਹੈ ਕੱਕਾ ਹਾ ਇਹਨੂੰ ਸਿਆਰੀ ਐਨੇ ਨੂੰ ਆ ਕਰਨਾ ਕਹਿਹਾ ਹੁਕਮ ਨਾ ਕਹਿਹਾ ਜਾਈ ਹੁਕਮੀ ਹੋਮਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਏ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੇ ਕੋ ਤਾਨ ਗਾਵੇ ਕੋ ਹੋਵੇ ਕਿਸੇ ਤਾਨ ਫਿਰ ਪੜੋ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵਿਖੇ ਹਾਦਰਾ ਦੂਰ ਕਥਨਾ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਨੈਂਦੇ ਥੱਕ ਪਾਈ ਜੁਗਾ ਜੁਗੰਤਰ ਖਾਈ ਖਾਈ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਇਹਨੂੰ ਭਾਉ ਨਹੀਂ ਕਹਿਣਾ ਭਾਉ ਭਾਉ ਦਾ ਮਤਲਬ ਹੈ ਡਰ ਭਾਉ ਦਾ ਮਤਲਬ ਪ੍ਰੇਮ ਭਾਖਿਆ ਭਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾ ਫੇਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ ਮੌਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੇ ਜਾਣੀਏ ਸਭ ਆਪੇ ਸਜਿਆਰ ਥਾਪਿਆ ਨਾ ਜਾਏ
ਚਿੰਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਭੁਲਾ ਚੁੱਕਾ ਨਿਖਿਮਾ ਬਖਸ਼ ਨੇ। ਸਵੇਰ ਦਾ ਸਮਾਂ ਕੀ ਹੈ ਜੀ? ਸਵਾ ਛੇ, ਸਵਾ ਛੇ ਤੋਂ ਸਾਢੇ ਸੱਤ। ਜਿਨ੍ਹਾਂ ਨੂੰ ਤਾਂ ਇਹ ਚੰਗਾ ਲੱਗਿਆ, ਰਸ ਆਇਆ, ਉਹ ਤਾਂ ਬਈ ਸਵਾ ਛੇ ਤੋਂ ਵੀ ਪੰਜ ਮਿੰਟ ਪਹਿਲਾਂ ਪਹੁੰਚੇ। ਜਿਹੜੇ ਲੇਟ ਆਉਣਗੇ ਉਹ ਪਛੜਨ। ਜੇ ਤੁਸੀਂ ਚਾਹੁੰਦੇ ਹੋ ਕਿ ਜਪਜੀਤ ਸਾਹਿਬ ਦੀ ਸਾਨੂੰ ਸਮਝ ਆ ਜਾਏ, ਅਰਥ ਵੀ ਆ ਜਾਣ, ਉਚਾਰਨ ਵੀ ਆ ਜਾਏ, ਅਤੇ ਫਿਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਅਤੇ ਵਿਚਾਰ ਆ ਜਾਏ, ਜੇ ਜਪਜੀਤ ਸਾਹਿਬ ਸਮਝ ਲਓਗੇ। ਇਸ ਲਈ ਸਵੇਰੇ ਸਵਾ ਛੇ ਤੋਂ ਸਾਢੇ ਸੱਤ ਅਤੇ ਰਾਤ ਨੂੰ ਸਵਾ ਅੱਠ ਤੋਂ ਸਾਢੇ ਨੌ। ਕਿਰਪਾ ਕਰਕੇ, ਆਪਣੇ ਕੋਲ ਟਾਈਮ ਬੜਾ ਸੀਮਿਤ ਹੈ, ਇੰਨੇ ਸਮੇਂ ਵਿੱਚ ਆਪਾਂ ਨੇ ਪੂਰਿਆ ਵੀ ਕਰਨਾ ਅਤੇ ਇਹਨੂੰ ਨਿਭਾਉਣਾ, ਉਹ ਸਮੇਂ ਸੁਣਾਉਣ ਦੀ ਕਿਰਪਾ ਕਰ। ਵਾਹਿਗੁਰੂ ਜੀ ਕਾ ਖਾਲਸਾ।